ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਵੈਲਕਮ ਟੂ ਦ ਸ਼ੋਅ। ਜਿਸ ਤਰ੍ਹਾਂ ਤੁਹਾਨੂੰ ਪਤਾ ਆ ਕਿ ਅੱਜ ਲੀਗਲ ਸਲਿਊਸ਼ਨਸ ਆ, ਅੱਜ ਅਸੀਂ ਤੁਹਾਡੇ ਇਮੀਗ੍ਰੇਸ਼ਨ ਦੇ ਸਵਾਲਾਂ ਦੇ ਜਵਾਬ ਦੇਈਦਾ ਆ। ਜਿਹਨਾਂ ਨੂੰ ਵੀ ਫੋਨ ਕਰਨਾ ਫੋਨ ਕਰ ਸਕਦੇ ਆ, ਨੰਬਰ ਮੇਰੇ ਖਿਆਲ ਸਕਰੀਨ 'ਤੇ ਆ ਰਹੇ ਆ। ਯੂ ਕੈਨ ਕੋਲ ਐਂਡ ਆਪਣੇ ਸਵਾਲ ਤੁਸੀਂ ਪੁੱਛ ਸਕਦੇ ਆ। ਕੁਛ ਅਨਾਊਂਸਮੈਂਟਸ ਪਿਛਲੇ ਹਫ਼ਤੇ ਤੋਂ ਰਹਿ ਗਈਆਂ ਸੀਗੀਆਂ, ਕੁਛ ਹੈਪੀ ਬਰਥਡੇਜ਼ ਵੀ ਰਹਿ ਗਏ ਜੋ ਕਿ ਅਸੀਂ ਕਰਾਂਗੇ, ਅਤੇ ਉਹ ਪਹਿਲਾਂ ਅਸੀਂ ਕਰ ਦਈਏ ਜਦ ਤੱਕ ਤੁਹਾਡੇ ਕੋਲ ਦਾ ਇੰਤਜ਼ਾਰ ਕਰਦੇ ਹਾਂ। ਇੱਕ ਤਾਂ ਜੀ ਯੋਰਕਸ਼ਾਇਰ ਦੇ ਵਿੱਚ ਇੱਕ ਆਦਮੀ ਤਾਂ ਉਹਦੀ ਐਕਸ ਵਾਈਫ ਨੂੰ ਜੋ ਕੋਈ ਔਰ ਦੋ ਨੰਬਰ ਦੇ ਵਿਆਹ ਕਰਾ ਰਹੇ ਸੀ, ਉਹਨਾਂ ਨੂੰ ਸੈਂਟੈਂਸ ਹੋ ਰਿਹਾ ਜੀ, ਫੜ ਹੋ ਗਏ, ਗਿਲਟੀ ਹੋ ਗਏ। ਤਾਲਿਬ ਹੁਸੈਨ ਸੀਗਾ ਇੱਕ ਜੀ, ਉਹ ਈਸਟਰਨ ਯੂਰੋਪੀਅਨ ਤਾਂ ਪਾਕਿਸਤਾਨੀ ਵਿਅਕਤੀਆਂ ਦੇ ਵਿਆਹ ਕਰਾਉਂਦਾ ਸੀਗਾ, ਅਤੇ ਉਹਦੀ ਐਕਸ ਵਾਈਫ ਜ਼ਹੀਨ ਰਹੀਨਾ ਜ਼ਮਾਨ ਜ਼ਮਾਨ ਵੀ ਹੋ ਸਕਦਾ, ਉਹਨਾਂ ਨੇ ਰੌਦਰਮ ਤੋਂ ਕੰਮ ਚਲਾ ਰਹੇ ਸੀ ਜੀ। 60 ਐਪਲੀਕੇਸ਼ਨ ਇਹਨਾਂ ਨੇ ਪਾਏ, ਫੇਕ ਡਾਕੂਮੈਂਟ, ਫੇਕ ਵਿਆਹ ਕਰਾ ਕੇ। ਯੂ ਕੈਨ ਬੀ ਆਈ ਕੈਨ ਸਸਪੀਸ਼ੀਅਸ ਵੈਨ ਦੇ ਰੀਅਲਾਈਜ਼ ਦੈਟ ਦ ਸੇਮ ਦ ਪੀਪਲ ਇਨ ਦ ਫੋਟੋਗ੍ਰਾਫਸ ਐਂਡ ਐਪਲੀਕੇਸ਼ਨ ਵਰ ਵੇਅਰਿੰਗ ਦ ਸੇਮ ਕਲੋਥਸ। ਸੋ ਕੱਪੜੇ ਵੀ ਪਟਾ ਪਟਾ ਕੇ ਉਹੀ ਕਹਿ ਰਹੇ ਸੀ ਵਿਆਹ ਵਾਲੇ ਦਿਨ ਵਰਦੀਆਂ, ਤਾਂ ਕਿ ਜੈਨੂਇਨ ਲੱਗਣ। ਉਹ ਜੀ ਸਾਰੇ ਫੜ ਹੋ ਗਏ, 9 ਜਣੇ ਤਕਰੀਬਨ ਫੜ ਹੋਏ ਆ। ਚੈੱਕ ਰਿਪਬਲਿਕ, ਸਲੋਵੈਕੀਆ ਤੋਂ ਔਰਤਾਂ ਆ ਰਹੀਆਂ ਸੀਗੀਆਂ। ਸੋ ਉਹਦੇ ਵਿੱਚ ਜੀ ਚਲੋ ਜੀ ਇਹਨਾਂ ਦਾ ਤਾਂ ਹੋ ਗਿਆ ਕੰਮ, ਇਹਨਾਂ ਦਾ ਹੁਣ ਐਂ ਚੰਗੀ ਹੁਣ ਇਹਨਾਂ ਦਾ ਵਿਆਹ ਹੋਊਗਾ ਜੇਲ੍ਹ 'ਚ, ਫੇਕ ਵੈਡਿੰਗ। ਇੱਕ ਜੀ ਇਮੀਗ੍ਰੇਸ਼ਨ ਐਡਵਾਈਜ਼ਰ ਜ਼ਫਰ ਅਲਟਿਨ ਬਾਸ, ਅਤੇ ਜ਼ਫਰ ਅਲਟਿਨ ਬਾਸ ਜੀ ਉਹ ਕਰ ਰਿਹਾ ਸੀਗਾ, ਉਹ ਗਿਲਟੀ ਪਲੀਡ ਕਰ ਗਿਆ ਕਿਉਂਕਿ ਉਹ ਵੀ ਦੋ ਨੰਬਰ ਦੇ ਵਿਆਹ ਕਰਾ ਰਿਹਾ ਸੀਗਾ। ਸੋ ਯੂਰੋਪੀਅਨ ਦੇ ਥਰੂ ਉਹ ਵੀ ਫੜ ਹੋ ਗਿਆ, ਚਲੋ ਵਕੀਲ ਵੀ ਲੱਗੇ ਹੋਏ ਜੀ, ਉਹ ਵੀ ਫੜ ਹੋ ਗਏ। ਇੱਕ ਹੋਰ ਜੀ ਮੁੰਡਾ ਜੈਸ਼ ਪਟੇਲ, ਉਹ ਵੀ ਫੜ ਹੋ ਗਿਆ ਜੀ, ਉਹ ਵੀ ਦੋ ਨੰਬਰ ਦੇ ਐਚ ਐਸ ਐਮ ਪੀ ਵਗੈਰਾ ਪਹਿਲਾਂ ਲਵਾਏ ਉਹਨੇ ਕੰਪਨੀਆਂ ਕਰ ਕਰਕੇ, ਅਤੇ ਉਹਦਾ ਵੀ ਹੋ ਗਿਆ ਕੰਮ, ਉਹ ਵੀ ਚਲੋ ਜੀ ਜੇਲ੍ਹ 'ਚ। ਓਕੇ, ਮੇਰਾ ਖਿਆਲ ਕਾਲਰ ਹੈ, ਕਹਿੰਦੇ ਕਾਲਰ ਵੱਲ ਜਾਂਦੇ ਹਾਂ, ਫਿਰ ਉਸ ਤੋਂ ਬਾਅਦ ਦੇਖਦੇ ਹਾਂ। ਹੈਲੋ ਹੈਲੋ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਨਾਮ ਅਮਰਜੀਤ ਆ, ਮੈਂ ਤੁਹਾਡੇ ਕੋਲੋਂ ਸਲਾਹ ਲੈਣਾ ਚਾਹੁੰਦੀ ਜੇ ਤੁਸੀਂ ਹੈਲਪ ਕਰ ਸਕਦੇ। ਹਾਂਜੀ ਅਮਰਜੀਤ ਜੀ, ਤੁਸੀਂ ਦੱਸੋ। ਹਾਂਜੀ ਹਾਂਜੀ, ਮੇਰੀ ਸਿਸਟਰ ਬ੍ਰਿਟਿਸ਼ ਆ, ਉਹ ਇੰਡੀਆ ਨੂੰ ਗਈ ਸੀ ਆਪਣੇ ਹਸਬੈਂਡ ਦੇ ਨਾਲ, ਉਹਦੇ ਸਹੁਰੇ ਪਟਿਆਲੇ ਆ, ਤੇ ਉਹ ਨਵੰਬਰ 2011 ਚ ਗਈ, ਤੇ ਉੱਥੇ ਉਹ ਪ੍ਰੈਗਨੈਂਟ ਹੋ ਗਈ, ਉਹ ਅਨਪਲੈਨਡ ਸੀਗੀ ਪ੍ਰੈਗਨੈਂਸੀ, ਐਂਡ ਦੈਨ ਸ਼ੀ ਵਾਸ ਆਊਟ, ਸ਼ੀ ਇਜ਼ ਐਕਸਪੈਕਟਿੰਗ ਟ੍ਰਿਪਲੈਟ, ਰਾਈਟ, ਤੇ ਸ਼ੀ ਵਾਸ ਐਡਵਾਈਸਡ ਬੈਡ ਰੈਸਟ ਐਂਡ ਸ਼ੀ ਵਾਸਨਟ ਅਲਾਊਡ ਟੂ ਟ੍ਰੈਵਲ ਬੈਕ ਟੂ ਦ ਯੂਕੇ, ਓਕੇ, ਐਂਡ ਦੈਨ ਸ਼ੀ ਗੇਵ ਬਰਥ ਟੂ ਟ੍ਰਿਪਲੈਟ ਇਨ ਜੁਲਾਈ 2012, ਯੈਪ, premature baby, okay, therefore they were in hospital in Patiala for 2 months, right, until September 2012, yep, and then obviously she was discharged and she's with her in-laws, and her visa runs out in June 2013, and we've been Skyping with her, and she's crying every time we Skype, and she's, well, I think she's going through postnatal depression. Now, has she got a visa or is she British? She's ਉਹਦੀ ਇੱਥੇ ਜਨਮੇ ਉਹ ਬ੍ਰਿਟਿਸ਼ ਆ, ਪਰ ਇੰਡੀਆ ਦਾ ਜਿਹੜਾ ਵੀਜ਼ਾ ਨਾ ਉਹ ਜੂਨ 2013 ਚ ਉਹਦਾ ਰਨ ਆਊਟ ਹੋ ਜਾਣਾ। Yeah, okay. Yeah, ਉਹਦਾ ਦਿਲ ਉਹਦਾ ਬਹੁਤ ਉਦਾਸ ਹੈ, ਐਂਡ ਸ਼ੀ ਸੈਡ ਸ਼ੀ ਫੀਲਸ ਲਾਈਕ ਕਿਡਿੰਗ ਅਸ ਆਲ, yeah, ਐਂਡ ਸ਼ੀ ਹੈਜ਼ਨਟ ਗਾਟ ਐਨੀ ਮੋਰ ਸਪੋਰਟ ਬਿਕਾਜ਼ ਮਾਪਿਆਂ ਦੀ ਸਾਰੀ ਫੈਮਿਲੀ ਇੱਥੇ ਆ, okay, ਐਂਡ ਉੱਥੇ ਨਾ ਜਿੱਦਾਂ ਨਵੰਬਰ 2011 ਦੀ ਗਈ ਆ, ਉਹ ਵੀ ਦੋ ਰੂਮਾਂ 'ਚ ਗਈ ਆ, ਇੱਕ ਆਪਣੇ ਬੈਡਰੂਮ 'ਚ, ਉੱਥੇ ਜਦੋਂ ਬੈਡ ਰੈਸਟ ਸੀਗੀ ਉਹਨੂੰ, ਅਤੇ ਬੱਚਿਆਂ ਤੋਂ ਬਾਅਦ ਫਿਰ 2 ਮਹੀਨੇ ਹੋਸਪਿਟਲ 'ਚ, ਅਤੇ ਹੁਣ ਜਦੋਂ ਦੀ ਸੈਪਟੈਂਬਰ ਦੀ ਹੋਸਪਿਟਲ ਡਿਸਚਾਰਜ ਹੋਈ ਉੱਥੇ ਆਪਣੀ ਸਹੁਰੀ ਆ, ਐਂਡ ਸ਼ੀ ਹੈਜ਼ਨਟ ਬੀਨ ਆਊਟ ਐਨੀਵੇਅਰ, ਵੈਦਰ ਕਰਕੇ ਸ਼ੀ ਹੈਜ਼ਨਟ ਬੀਨ ਐਬਲ ਟੂ ਗੋ ਐਨੀਵੇਅਰ, ਇੰਡੀਆ ਦੇ ਵਿੱਚ ਉਹ ਜਾ ਵੀ ਨਹੀਂ ਕਿਤੇ ਸਕਦੀ ਹੈਗੀ, ਸ਼ੀ ਗੋਟ 3 ਟ੍ਰਿਪਲੈਟ, ਸੋ ਆਮ ਟ੍ਰਾਇੰਗ ਟੂ ਹੈਲਪ ਹਰ, ਵਾਟ ਆਈ ਵਾਂਟ ਟੂ ਨੋ ਇਜ਼ ਹਾਊ ਕੁਇਕਲੀ ਕੈਨ ਸ਼ੀ ਕਮ ਬੈਕ, ਐਂਡ ਵਾਟ ਇਜ਼ ਦ ਪ੍ਰੋਸੀਜਰ, ਐਂਡ ਵੀ ਆਰ ਰੀਲੀ ਵਰੀਡ, ਐਂਡ ਉਦੋਂ ਉੱਥੇ ਪਾਸਪੋਰਟ ਬੱਚਿਆਂ ਦੇ ਉੱਥੇ ਬਣ ਗਏ, ਉੱਥੇ ਬਣਨੇ ਆ, ਹਾਂ ਇੰਗਲੈਂਡ ਦੀ ਐਮਬੈਸੀ ਜਾਣਾ ਪੈਣਾ ਉਹਨੂੰ ਦਿੱਲੀ ਪਾਸਪੋਰਟ ਬਣਾਉਣ ਲਈ। ਅੱਛਾ, ਚੰਡੀਗੜ੍ਹ ਨਹੀਂ ਜਾ ਸਕਦੀ? ਨਹੀਂ। ਓਕੇ, ਕਰਕੇ ਉਹਨਾਂ ਨੂੰ ਨੇੜੇ ਚੰਡੀਗੜ੍ਹ ਆ, ਨਾ ਜੇ ਉਹਦੇ ਕੋਲ 3 ਬੱਚੇ ਹੈਗੇ ਆ, ਹੈ ਕੈਨ ਸ਼ੀ ਇਟਸ ਕੁਆਇਟ ਲਾਈਕ ਯੂ ਨੋ ਟੂ ਮਚ ਫੋਰ ਹਰ ਟੂ ਟ੍ਰੈਵਲ ਟੂ ਦਿੱਲੀ ਫਰੋਮ ਪਟਿਆਲਾ ਫੋਰ ਹਰ ਸੈਲਫ ਟੂ ਗੋ ਦੇਅਰ। ਭੈਣ ਜੀ, ਵਾਈ ਡੋਨਟ ਯੂ ਗੋ ਓਵਰ ਦੇਅਰ? ਯਾ, ਆਈ ਕੁਡ
do, but I can't go until April because many of the anyhow. Right. So why can't somebody else go over there? Or you should have gone over Christmas. Some, I did go in October. Yeah, you should have gone over there. Then you should have said you should go over there, and someone should help her out, yes. And then go to delete, make the passports for the children. And then she should come back, basically, right. Yeah. British passport hai to unna da vi British banega haan ji acha te passport banao passport to bagair nahi aa sakda haan ji okay kyunki main na idda kai galla karde ho kende utthe paper de dinde hage passport sanu itthe aake banone pende pehla to bhan ji jehda thonu salah dinda aur po dekh liya karo koi hai kaun oh koi qualified log ta bahut kuch kende aa pehla ta main ka you know ve tusi edda kise nu nahi puch sakde ehda jehda case unique aa no well the fact is if I told you oh don't worry go and have an operation on your heart you're not going to take my opinion are you? I'm not a doctor no. So you listen to someone who's qualified on the job jehde tuhanu salah dinda hone hun adde to ya ta anpadh hone ya ya aap kacche hone ohne de agge apne visa nahi hone so ode vich you go straight to the embassy in Delhi and you make your application halle ta tusi form ban hi bhareya baki gal ta chaddo ha yeah so eh kam jaunge karunge ta kam hoga eh aur utthe jada paper work pehla internet te download karke bharna penda ja utthe sidhe tuhanu janna penda utthe sidhe tusi ja sakde ho utthe hi form bhar sakde ho consular service hagi a Delhi de vich they help you out they make your passports there right okay all right bhaji thoda bahut thank you no problem ji ehde na these are like you know her natural children because some people they are little tricky treatment we karde hage ya and everybody yeah that's not a problem or the je or bale dna test manguge that she can do a dna test for that that's not a problem but the fact is you're not going to get anything by sitting in the bin Yeah, or they're not going. Embassy's not going to come to her and say, "Here you go, have some passports." She's got to get up physically, go out there, and make the application, and then that takes a few months. No, Chandigarh nahi ja sakde ji. Okay, all right, Paji. Thank you. Okay, bye. Bye, Hanji. Chandigarh to Jalandhar, puri embassy ani. They just drop off points. So if you want to fill your visa application, it's like a courier service. So they're not full embassies there. Ya tusi passport banone ya, ya tusi one of some other sort of thing you have to go to delhi jana pehna tonu te eh ghar baithe baithe kam nahi hona eh call na karo ede vich eh ghar baith ke ron nal embassy wale aun nahi lagge ke hello here you go have some british passports you have to get up and do it yourself jada tusi ohna de ja ke help karo officer sadi sister ya hamdardi thodi dikhalo chuttiyan thodi le lo je nahi le hundiyan you know I mean ek dooje family da matlab ki hai supposed to help each other not just meri chuttiyan main Spain jaungi to baki eh jane if she's crying and she's in a state you need to go over there help her out but pan sad dena liya tusi jao oh ja ke delhi apply kar dogi bachiyan de passport ali to kam se kam the ball will be rolling and then she can take things from there but god back until she applies kuch nahi hona so eh tonu aap ja ke utthe solve karna pena so that's the best way to do it aap hello ji to karo and if someone ain't doing it then get up there and do it yourself it's only a few days off it doesn't matter everyone takes a few days off when they have to. I have to when I do it as well. So they which get up there and it's your brother and sister at the end of the day, Jovia. They all they which it's very important. Get to see our kam karo. Well, her husband could do it as well. I don't understand why he can't do it as well. He should be going out and doing this stuff as well. So ono vi karna chahida. Eh cheez te eh ta hai nahi ki hum ghar ch kindi ach kisnu qaidi banaya. You know, you need to get out and do these things. And get it done. Chalo ji. Hoor ki thon dassiye. Okay. South London di care company hai ek. Care First 24. Oh immigration ne utthe operation kita. Eh nahi ke ohna de goda pa reya da naara gaddiyan operation immigration vich sadde ke koi ohna da koi procedure hai jithe eh undercover karde hai ja ke koi criminal crime fadde hai. ਸਟਨ ਦੇ ਵਿੱਚ ਉਹਨਾਂ ਨੇ ਚਾਰ ਬੰਦੇ ਫੜੇ ਕਨਸਪੀਰੇਸੀ ਦੇ ਵਿੱਚ ਅਟੈਂਪਟਿੰਗ ਟੂ ਫਰੋਡ ਪੀਪਲ ਸੋ ਉਹਦੇ ਵਿੱਚ ਇਹ ਕੇਅਰ 24 ਦੇ ਵਿੱਚ ਇਹਨਾਂ ਨੇ ਫੜੇ ਆ ਬਰਮਿੰਗਮ ਏਅਰਪੋਰਟ 'ਤੇ ਨਕਲੀ ਡਾਕੂਮੈਂਟ ਫੜੇ ਗਏ ਆ ਉਹ ਉਹਦੇ ਵਿੱਚ ਬਰਮਿੰਗਮ ਏਅਰਪੋਰਟ 'ਤੇ ਅੱਜ ਕੱਲ੍ਹ ਕਾਫੀ ਛਾਪੇ ਪੈਂਦੇ ਆ ਚੈਕਿੰਗ ਹੁੰਦੀ ਆ That's the Birmingham Airport have said we're clamping down now on people who think that Birmingham Airport was an easy target for immigration fraud.
ਟੂਟਿੰਗ ਕਨਵੀਨੀਅੰਸ ਸਟੋਰ ਤੇ ਸਨ ਫਰੈਸ਼ ਫੂਡ ਐਂਡ ਹਲਾਲ ਮੀਟ ਵਾਲੇ ਦੇ ਅਪਰ ਟੂਟਿੰਗ ਰੋਡ ਤੇ ਛਾਪਾ ਪਿਆ ਤੇ ਉਹਦੇ ਵਿੱਚ ਜੀ ਉਹਨਾਂ ਨੇ ਚਾਰ ਵਿਅਕਤੀ ਫੜੇ ਗਏ 22 ਸਾਲ ਦਾ ਅਫਗਾਨੀ ਨੈਸ਼ਨਲ ਜੋ ਕਿ ਫੇਲਡ ਅਸਾਈਲਮ ਸੀਕਰ ਸੀ 34 ਯੀਅਰ ਪਾਕਿਸਤਾਨੀ ਹੂ ਐਂਟਰਡ ਦ ਕੰਟਰੀ ਇਲੀਗਲੀ ਐਂਡ ਟੂ ਦੋ ਪਾਕਿਸਤਾਨੀ ਵਿਅਕਤੀ ਜੀ ਲੁਕ ਰਹੇ ਸੀ ਯਾਰਡ ਦੇ ਵਿੱਚ ਓਵਰ ਸਟੇਅਰ ਸੀਗੇ ਸੋ ਇਹ ਚਾਰ ਵਿਅਕਤੀ ਫੜੇ ਗਏ ਸਨ ਫਰੈਸ਼ ਵਾਲਿਆਂ ਦੇ ਅੱਛਾ ਅੱਗੇ ਕਹਿੰਦੇ ਸੀ ਯਾਰ ਕਹਿੰਦੇ ਕਿ ਹਰੇਕ ਜੋਬ 'ਤੇ ਹੁਣ ਇਹ ਛਾਪਾ ਪਾਉਣ ਲੱਗ ਪਏ ਸਾਡੇ ਹੇਅਰ ਡਰੈਸਰ ਵੀਰ ਵੀ ਨਹੀਂ ਹੁਣ ਬਚ ਸਕਦੇ ਆ ਚੀਜ਼ਾਂ ਤੋਂ ਅਤੇ ਜੀ ਛਾਪੇ ਪੈ ਗਏ ਜੀ ਸਲਾਓ ਦੇ ਵਿੱਚ ਮੇਡ ਇਨ ਹੈਡ ਦੇ ਵਿੱਚ ਏ ਕੇ ਬਾਰਬਰ ਕੁਈਨ ਸਟਰੀਟ 'ਤੇ ਉੱਥੇ ਛਾਪਾ ਪਿਆ ਦੋ ਪਾਕਿਸਤਾਨੀ ਵਿਅਕਤੀ ਫੜੇ ਗਏ ਅਤੇ ਇੱਕ ਤਾਂ ਇਲੀਗਲ ਆਇਆ ਸੀ ਇੱਕ ਓਵਰ ਸਟੇਅ ਸੀਗਾ ਫਿਰ ਗ੍ਰੀਨਫੋਲਡ ਰੋਡ ਗਏ ਕਿ 24 ਸਾਲ ਦਾ ਇੰਡੀਅਨ ਵਿਅਕਤੀ ਵੀ ਓਵਰ ਸਟੇਅਰ ਫੜਿਆ ਗਿਆ ਅਤੇ ਜੇ ਉਹੀ ਵਿਚਾਰੇ ਹੁਣ ਕੀ ਹੋਏ ਹੇਅਰ ਡਰੈਸਰਾਂ 'ਤੇ ਵੀ ਮਾੜੇ ਦਿਨ ਆ ਗਏ ਅਤੇ ਫਜਾਮਤ ਕਰਦੇ ਕਰਦੇ ਆਪਣੀ ਹੋ ਗਈ ਵਿਚਾਰਿਆਂ ਦੀ ਚਲੋ ਹੁਣ ਅਸੀਂ ਕਾਲ ਵਾਲ ਤਾਂ ਦੇਖਦੇ ਕੌਣ ਆ ਲਾਈਨ 'ਤੇ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਤੁਹਾਡਾ ਪ੍ਰੋਗਰਾਮ ਦੇਖੀਦਾ ਰੋਜ਼ ਬਹੁਤ ਵਧੀਆ ਹਰ ਵਾਰੀ ਜਦੋਂ ਵੀ ਆਉਂਦਾ ਹਰ ਵੀਕੇ ਥੈਂਕ ਯੂ ਮਹਾਰਾਜ ਜੀ ਥੈਂਕ ਯੂ ਤੁਹਾਡਾ ਭਾਜੀ ਮੈਂ ਨਾ ਲੈਕਸੀ 'ਚ ਕੇਸ ਪਾਇਆ ਸੀ ਤੇ 2010 ਦੇ ਵਿੱਚ ਭਾਜੀ ਤੇ ਮੈਂ ਵਕੀਲ ਕਰਕੇ ਤੇ ਭਾਜੀ ਤੇ ਮੈਨੂੰ ਪਹਿਲਾਂ ਕੋਈ ਲੈਟਰ ਨਹੀਂ ਆਇਆ 11 ਵਿੱਚ ਮੈਨੂੰ ਇੱਕ ਲੈਟਰ ਆਇਆ ਵੀ ਤੁਹਾਡੇ ਪੇਪਰ ਮਿਲ ਗਿਆ ਸਾਨੂੰ ਠੀਕ ਹੈ ਤੇ ਵਕੀਲ ਨੇ ਮੈਨੂੰ ਪਾਇਆ ਸੀ ਫੋਟੋ ਕਾਪੀ ਤੇ ਉਹ ਤੇ ਬਾਅਦ ਦੇ ਵਿੱਚ ਤੇ ਵਕੀਲ ਕਹਿੰਦਾ ਸੀ ਵੇਟ ਕਰ ਜਦੋਂ ਵੀ ਮੈਂ ਫੋਨ ਕਰਦਾ ਸੀ 2-3 ਮਹੀਨੇ ਤੇ ਕਹਿੰਦੇ ਸੀ ਵੇਟ ਕਰੋ ਕੋਈ ਆ ਜਾਏਗਾ ਜੀ ਹਾਂਜੀ ਤੇ ਮੈਂ ਕਿਸੇ ਨੂੰ ਕੋਈ ਰਿਮਾਈਂਡਰ ਕਹਿੰਦੇ ਰਿਮਾਈਂਡਰ ਭੇਜੂਗੇ ਤਾਂ ਤੋ ਫਿਰ ਕੈਂਸਲ ਕਰਕੇ ਭੇਜ ਦਿੰਦੇ ਜਾਂ ਕਿਉਂ ਜਾਉਂਗੇ ਤੇ ਮੈਂ ਕੁਛ ਨਹੀਂ ਕੀਤਾ ਮੈਂ ਬੈਠਾ ਰਿਹਾ ਜਿੱਦਾਂ ਠੀਕ ਹੈ ਹਾਂ ਤੇ ਵਿਆਹ ਦੇ ਵਿੱਚ ਜਿੱਦਾਂ ਫਿਰ ਇੱਕ ਮੇਰਾ ਫਰੈਂਡ ਆਇਆ ਤੇ ਮੈਨੂੰ ਕਹਿੰਦਾ ਤੈਨੂੰ ਇੰਨਾ ਚਿਰ ਹੋ ਗਿਆ ਵੀ ਤੇਰਾ ਕੁਛ ਆਇਆ ਨਹੀਂ ਜਿਹੜੇ ਮੁੰਡੇ ਹੋਰ ਤੇਰੇ ਨਾਲ ਦੇਣ ਲਾਇਕ ਕਿਸੇ ਦੀਆਂ ਫੋਟੋ ਸਟੇਟਾਂ ਮੰਗ ਲਈ ਫੋਟੋ ਮੰਗ ਲਈਆਂ ਕਿਸੇ ਦੇ ਹਨਾ ਤੇ ਉਹਨਾਂ ਨੂੰ ਇੰਟਰਵਿਊਆਂ ਤੇ ਸੱਦ ਲਿਆ ਤੇ ਤੇਰਾ ਕੁਛ ਨਹੀਂ ਆਇਆ ਚੱਲ ਫੋਨ ਕਰੀਏ ਤੇ ਉਹਨੇ ਹੋਮ ਆਫਿਸ ਨੂੰ ਇੱਥੋਂ ਮੇਰੇ ਘਰੋਂ ਬਹਿ ਕੇ ਫੋਨ ਲਾਇਆ ਹੋਮ ਆਫਿਸ ਵਾਲੇ ਕਹਿੰਦੇ ਵੀ ਅਸੀਂ ਇਸ ਇਹ ਨੰਬਰ ਤੇ ਫੋਨ ਕਰੋ ਉਹ ਡੀਲ ਕਰਦੇ ਆ ਇਸ ਕੇਸ ਨੂੰ ਉਹਨੇ ਇੱਕ ਨੰਬਰ ਦਿੱਤਾ ਤੇ ਅਸੀਂ ਉਸ ਨੰਬਰ ਤੇ ਫੋਨ ਕੀਤਾ ਤੇ ਉਹਨੇ ਫਿਰ ਜਦੋਂ ਨਾ ਮੇਰਾ ਰੈਫਰਨ ਨੰਬਰ ਮੰਗਿਆ ਤੇ ਜਿਹੜਾ ਉਹ ਲੈਟਰ ਤੇ ਰੈਫਰਨ ਨੰਬਰ ਸੀ ਮੈਂ ਉਹਨਾਂ ਨੂੰ ਦਿੱਤਾ ਉਹ ਮੈਨੂੰ ਕਹਿੰਦੇ ਤੇਰਾ ਤਾਂ 2011 ਚ ਤੂੰ ਤਾਂ ਇੱਥੋਂ ਚਲਾ ਗਿਆ ਤੂੰ ਤਾਂ ਇੱਥੇ ਹੈ ਹੀ ਨਹੀਂ ਰਹਿੰਦਾ ਰਾਈਟ ਚਿੱਠੀ ਆਈ ਹੋਮ ਆਫਿਸ ਤੋਂ ਫਿਰ ਉਸ ਹਿਸਾਬ ਨਾਲ ਕਿੱਦਾਂ ਚੱਲੀਆਂ ਤੂੰ 2011 ਚ ਤੈਨੂੰ ਚਿੱਠੀ ਆਈ ਹੋ ਇਹਨਾਂ ਦੀ ਫਿਰ ਤੈਨੂੰ ਵਰੀ ਕਰਨ ਦੀ ਲੋੜ ਨੀ ਮੇਰਾ ਵੀ ਚਲੋ ਵਧੀਆ ਜੀ ਸਿੱਖਿਆ ਕਰੋ ਅਮਲ ਵੀ ਕਰਿਆ ਕਰੋ ਮੇਰਾ ਵੀਰ ਪਿਛਲੇ ਹਫ਼ਤੇ ਹੀ ਮੇਰਾ ਖਿਆਲ ਖਬਰ ਆਈ ਆ ਕਿ ਜੀ 3 ਲੱਖ ਇਹਨਾਂ ਕੋਲ ਫਾਈਲਾਂ ਹਲੇ ਪਈਆਂ ਲੈਗਸੀ ਦੀਆਂ 1.5 ਲੱਖ ਚਿੱਠੀ ਪਈ ਇਹਨਾਂ ਕੋਲ ਜੋ ਇਹਨਾਂ ਨੇ ਖੋਲੀ ਨੀ ਜਿਹੜੇ ਤੁਸੀਂ ਰਿਮਾਈਂਡਰ ਘੱਲੀ ਜਾਂਦੇ ਹਲੇ ਤਾਂ ਖੋਲੇ ਹੀ ਨੀ ਇਹਨਾਂ ਨੇ ਬਾਕੀ ਇਹਨਾਂ ਕੋਲ ਕਈ ਫਾਈਲਾਂ ਹੋਮ ਆਫਿਸ ਦੇ ਡੱਬਿਆਂ 'ਚ ਲੱਭੀਆਂ ਇਹਨਾਂ ਨੇ ਜਿਹੜੇ ਖੋਲੀਆਂ ਹੀ ਨਹੀਂ ਪਈਆਂ ਪਈਆਂ ਉੱਥੇ ਦੀਆਂ 2003 ਦੀਆਂ ਨਿਕਲੀਆਂ 2004 ਦੀਆਂ ਨਿਕਲੀਆਂ 5 ਦੀਆਂ ਨਿਕਲੀਆਂ ਇਹ ਸਾਰੇ ਇੰਸਪੈਕਟਰ ਨੇ ਰਿਪੋਰਟ ਬਣਾਈ ਆ ਕਿ ਹੋਮ ਆਫਿਸ ਵਾਲੇ ਕਿੱਦਾਂ ਬੈਡਲੀ ਡੀਲ ਕਰ ਰਹੇ ਕਿੱਦਾਂ ਨਹੀਂ ਜੇ ਤੁਹਾਡਾ ਲੈਗਸੀ 'ਚ ਲੱਗਾ ਤਾਂ ਉਹਨੂੰ ਲੱਗਾ ਰਹਿਣ ਦਿਓ ਕੋਈ ਤੁਹਾਨੂੰ ਕਰਨ ਦੀ ਲੋੜ ਨਹੀਂ ਕਈ ਮੁੰਡਿਆਂ ਨੇ ਨਾ ਆਪਣੇ ਹੁਣ ਕਈ ਕਹਿੰਦੇ ਨਾ ਆਪ ਵਕੀਲੀ ਬਣਨ ਦੀ ਕੋਸ਼ਿਸ਼ ਕਰਦੇ ਆ ਬਹੁਤ ਕਲੈਵਰ ਬਣਨ ਦੀ ਕੋਸ਼ਿਸ਼ ਕਰਦੇ ਆ ਕਈ ਜੀ 4-4 ਵਕੀਲ ਬਦਲਦੇ ਆ ਕੁਛ ਨਹੀਂ ਮਿਲਦਾ ਉਹਨਾਂ ਨੂੰ ਕਈ ਜੀ MP ਕੋਲ ਜਾਂਦੇ ਉਹ MP ਨੇ ਕੇਸ ਹੱਲ ਕੀ ਕਰਨਾ ਹੁੰਦਾ ਉਹਨੂੰ ਜਵਾਬ ਭੇਜ ਦਿੰਦੇ MP ਨੂੰ ਕਿ ਤਾਂ ਜੀ ਅਸੀਂ ਰਿਫਿਊਜ਼ ਕਰਤਾ ਹੁਣ ਤਾਂ ਹੋਰ ਤੁਸੀਂ ਤਹਿਕੀਕਾਤ ਕਰੋ ਤਾਂ ਜਾਓ ਜੀ ਤਾਂ ਇਹਦੇ ਵਿੱਚ ਬੈਸਟ ਇਹ ਕਿ ਜੇ ਤੁਹਾਡਾ ਕੇਸ ਲੱਗਾ ਆ ਤਾਂ ਤੁਸੀਂ ਉਹਨੂੰ ਲੱਗਾ ਰਹਿਣ ਦਿਓ ਅਤੇ ਹਲੇ ਇਹਨਾਂ ਕੋਲ ਬਹੁਤ ਬੈਕਲੋਗ ਹੈ ਇਹ ਪਤਾ ਨਹੀਂ ਕਿ ਸਮਾਨ ਕਦੋਂ ਪੂਰਾ ਹੋਣਾ ਹੋ ਸਕਦਾ 1 ਸਾਲ ਲੱਗ ਜਾਵੇ ਹੋ ਸਕਦਾ 2 ਸਾਲ ਲੱਗ ਜਾਣ ਪਰ ਇਹ ਪੂਰਾ ਕਰਕੇ ਹੀ ਹਟੂਗੇ ਤੁਹਾਨੂੰ ਕਿਹੜਾ ਕਾਹਲੀ ਪਈ ਆ ਜਾਂ ਤਾਂ ਤੁਸੀਂ ਦੱਸੋ ਕਿ ਹਾਂਜੀ ਕਾਹਲੀ ਆ ਪਿੰਡ ਉੱਦਾਂ ਦਾ ਹੀ ਆ ਜਿੱਦਾਂ ਦਾ ਛੱਡ ਕੇ ਆਇਆ ਕੁਛ ਬਦਲਿਆ ਨਹੀਂ ਬਾਹਲਾ ਉਹ ਜਿੰਨੇ ਕੁ ਤੁਸੀਂ ਭੇਜੇ ਨਾ ਸਾਰੇ ਖਾ ਪੀ ਲਏ ਹੋਣੇ ਆ ਸੋ ਉਹਦੇ ਵਿੱਚ ਉਹ ਬਾਹਲਾ ਨਹੀਂ ਤੁਹਾਨੂੰ ਜਿੰਨੇ ਸਾਲ ਇੱਥੇ ਲਾਏ ਆ ਕੋਈ ਗੱਲ ਨਹੀਂ
ਥੋੜ੍ਹੇ ਹੋਰ ਲੱਗ ਜੂਗੇ, ਪਰ ਲੈਗਸੀ 'ਚ ਲੱਗਾ ਲੱਗ ਰਹਿੰਦੇ ਹੋ। ਜਿੰਨੀ ਤੁਸੀਂ ਜ਼ਿਆਦਾ ਛਾਣਬੀਨ ਤਹਿਕੀਕਾਤ ਕਰੋਗੇ ਨਾ, ਉਨਾ ਹੀ ਤੁਹਾਨੂੰ ਆ ਕੇ ਇਨਕਮ ਖਰਾਬ ਤੁਹਾਡਾ ਹੋਣਾ। ਸਿੱਧੀ ਜੀ ਗੱਲ ਹੈ, ਮੈਂ ਤਾਂ ਖੁਦ ਆਪਣੀ ਅੱਖਾਂ ਨਾਲ ਦੇਖੇ ਆ, ਕਈ ਮੁੰਡੇ ਐਮ ਪੀ ਕੋਲ ਗਏ ਆ, ਉਹਨਾਂ ਨੂੰ ਰਿਫਿਊਜ਼ਲ ਹੀ ਭੇਜ ਦਿੱਤਾ, ਉਹਦੇ ਨਾਲਦਿਆਂ ਨੂੰ ਜਿਹਨਾਂ ਨੇ ਚੁੱਪ ਕਰਕੇ ਠਹਿਰੇ ਬੈਠੇ ਸੀਗੇ ਉਹਨਾਂ ਨੂੰ ਵੀਜ਼ਾ ਲੱਗ ਕੇ ਆ ਗਿਆ। ਸੋ ਇਹਦੇ ਵਿੱਚ ਇੱਕ ਵਾਰੀ ਤੁਹਾਡਾ ਗਿਆ, ਉਹ ਆਪ ਕਹਿੰਦੇ ਆ ਕਿ ਤੁਸੀਂ ਸਾਨੂੰ ਫੋਨ ਨਾ ਕਰੋ, ਸਾਨੂੰ ਚਿੱਠੀ ਨਾ ਪਾਓ, ਸਾਨੂੰ ਹਰੈਸ ਨਾ ਕਰੋ। ਸੋ ਇਹਨਾਂ ਕੋਲ 1.5 ਲੱਖ ਚਿੱਠੀ ਤਾਂ ਅੱਗੇ ਪਈ ਆ, ਉਹ ਤੁਹਾਡੀ ਕਿੱਥੋਂ ਖੁੱਲ੍ਹਣੀ ਉਹਨਾਂ ਕੋਲ, ਅਤੇ ਤੁਸੀਂ ਹੋਰ ਪਾਈ ਜਾਂਦੇ, ਅਤੇ ਇਹਦੇ ਵਿੱਚ ਫਿਰ ਅਗਲਿਆਂ ਨੇ ਤੰਗ ਹੋ ਕੇ ਤੁਹਾਨੂੰ ਨਾ ਹੀ ਕਰਨੀ ਆ। ਲੈਗਸੀ ਕੋਈ ਹੱਕ ਨਹੀਂ ਕਿਸੇ ਦਾ, ਇਹ ਰਿਆਇਤੀ ਸਕੀਮ ਆ, ਇਹ ਕਿਸਮ ਦੀ ਭੀਖ ਦੇ ਰਿਹਾ ਹੈ, ਅਤੇ ਤੁਸੀਂ ਭੀਖ ਮੰਗਣ ਵਾਲੇ ਆ। ਹੁਣ ਭੀਖ ਮੰਗਣ ਵਾਲੇ ਨਖਰਾ ਕਰੇ ਕਿ ਬਈ ਓਏ ਛੇਤੀ ਦੇ, ਮੈਨੂੰ ਦਸ 20 ਦਾ ਚਾਹੀਦਾ, 10 ਦਾ ਨਹੀਂ ਆ ਚੱਕ, ਅਤੇ ਫਿਰ ਅਗਲੇ ਨੇ ਕਹਿਣਾ ਆ ਵੀ ਫੜਾ ਜਿਹੜਾ ਤੇਰਾ ਤੈਨੂੰ ਦਿੱਤਾ ਆ, ਅਤੇ ਅਗਲੇ ਨੇ ਫਿਰ ਲੱਤ ਮਾਰ ਕੇ ਜਾਣੀ ਆ। ਸੋ ਹਮ ਭਿਖਾਰੀ ਹੈ, ਭਿਖਾਰੀ ਲੋਕ ਆਕੜਦੇ ਨਹੀਂ ਮੇਰੇ ਵੀਰ, ਹੈ ਇੰਨੀ ਆਕੜ ਸੱਜਦੀ ਨਹੀਂ ਭਿਖਾਰੀਆਂ ਨੂੰ, ਜਿੰਨੇ ਕੁ ਜੋਗੇ ਹੈਗੇ ਉਨੇ ਕੁ ਜੋਗੇ ਰਹੀਏ। ਇਹਦੇ ਵਿੱਚ ਲੈਗਸੀ 'ਚ ਕਲੀਅਰ ਹੋਏ ਤੁਹਾਡੇ ਕੇਸ, ਇੰਨਾ ਹੀ ਬਹੁਤ ਆ, ਸ਼ੁਕਰ ਕਰੋ, ਨਹੀਂ ਤਾਂ ਇਹਨਾਂ ਦਾ ਪੂਰਾ ਹੱਕ ਬਣਦਾ ਕਿ ਨਾ ਵੀ ਕਹਿ ਸਕਦੇ ਆ। ਇਹਦੇ ਵਿੱਚ ਤੁਸੀਂ ਕੁਛ ਕਹਿ ਵੀ ਨਹੀਂ ਸਕਦੇ ਇਹਨਾਂ ਨੂੰ, ਇਹ ਜਿਹੜੇ ਲੋਕ ਕਹਿੰਦੇ ਨਾ ਅਸੀਂ ਹਾਈ ਕੋਰਟ 'ਤੇ ਲੈ ਜਾਵਾਂਗੇ, ਅਸੀਂ ਫਲਾਨੇ ਲੈ ਜਾਵਾਂਗੇ, ਕੁਛ ਨਹੀਂ ਬਣਦਾ ਹਾਈ ਕੋਰਟਾਂ 'ਚ ਜਾ ਕੇ। ਇਹ ਹਾਈ ਕੋਰਟਾਂ 'ਚ ਤਾਂ ਤੁਹਾਨੂੰ ਕਹਿੰਦੇ ਲੈ ਕੇ ਜਾਂਦੇ, ਇਹਨਾਂ ਦੇ ਖੁਦ ਪੁੱਤ ਬਰਿਸਟਰ ਹੁੰਦੇ, ਉਹਨਾਂ ਨੂੰ ਕੇਸ ਦਿੰਦੇ ਆ, ਉਹ ਤੁਹਾਡੇ ਤੋਂ ਜਿਹੜਾ 2000 ਪਾਉਂਡ ਰਹਿੰਦਾ ਹੁੰਦਾ ਉਹ ਵੀ ਮੰਜਣਾ ਇਹਨਾਂ ਨੇ। ਸੋ ਬਾਅਦ 'ਚ ਕੁਛ ਨਹੀਂ ਬਣਦਾ, ਜਾਂ ਤਾਂ ਮੈਨੂੰ ਕੋਈ ਬੰਦਾ ਦਿਖਾ ਲਿਆ ਜੀ ਮੇਰਾ ਆਪਦੇ ਹਾਈ ਕੋਰਟ 'ਚ, ਬੜੇ ਕੱਖ ਨਹੀਂ ਬਣਦਾ ਸਿਰਫ ਉਹਦੇ 'ਚ, ਇਹ ਸਿਰਫ ਐਟ ਇੱਦਾਂ ਕਹਿ ਰਿਹਾ ਕਿ ਅਸੀਂ ਲੱਗਾ ਆ ਤੁਹਾਡਾ ਕਿਊ 'ਚ, ਕਿਊ ਦੇ ਹਿਸਾਬ ਨਾਲ ਚੱਕੂਗੇ। ਸੋ ਇਹ ਲੱਗੇ ਰਹਿਣ ਦਿਓ, ਅਤੇ ਤੁਸੀਂ ਨਾ ਬੇਚੈਨ ਹੋ, ਤੁਸੀਂ ਨਾ ਇੱਦਾਂ ਦੇ ਐਕਸ਼ਨ ਕਰੋ ਕਿ ਤੁਸੀਂ ਸੱਚਿਆਰੇ ਆ ਅਤੇ ਝੂਠੇ ਆ, ਉਹ ਬਾਲੀ ਸੱਜਦੀ ਨਹੀਂ ਤੁਹਾਨੂੰ ਗੱਲ, ਨਾ ਹੀ ਸੱਚ ਆ ਇਹ ਗੱਲ। ਅਤੇ ਜੇ ਕਿਤੇ ਅਗਲਿਆਂ ਨੂੰ ਗੁੱਸਾ ਆ ਗਿਆ ਤਾਂ ਉਹ ਇਹ ਵੀ ਕਰ ਸਕਦੇ ਕਿ ਸਾਰੇ ਕੇਸ ਰਿਫਿਊਜ਼ ਕਰ ਸਕਦੇ ਲੈਗਸੀ ਦੇ ਵਿੱਚ, ਇਹ ਵੀ ਕੋਈ ਬੜੀ ਗੱਲ ਨਹੀਂ। ਜਿਹੜਾ ਰਿਆਇਤ ਆ, ਇਹ ਰਿਆਇਤੀ ਸਕੀਮ ਹੈ, ਕਿਸੇ ਦਾ ਹੱਕ ਨਹੀਂ ਬਣਦਾ। ਇਹ ਕਿਤੇ ਲੋ 'ਚ ਨਹੀਂ ਲਿਖਿਆ ਕਿ ਹਾਂ ਵੀ ਇਹਨਾਂ ਨੂੰ ਦੇਣਾ ਪੈਣਾ ਲੈਗਸੀ 'ਚ, ਇਹ ਤਾਂ ਸਿਰਫ ਇਹਨਾਂ ਨੇ ਆਪਣੀ ਇੱਕ ਕੋਸ਼ਿਸ਼ ਕੀਤੀ ਆ, ਜੋ ਬੈਕਲੋਗ ਕੇਸ ਆ ਉਹਨਾਂ ਨੂੰ ਇਹ ਨਿਪਟਾਉਣ ਲਈ ਛੇਤੀ। ਤਾਂ ਇਹਨਾਂ ਨੇ ਸੋਚਿਆ ਕਿ ਯਾਰ ਇਹ ਬੰਦੇ ਇੰਨੇ ਅਟਕੇ ਹੋ ਆ, ਅਸੀਂ ਇਹਨਾਂ ਨੂੰ ਐਵੇਂ ਰਿਫਿਊਜ਼ ਕਰਾਂਗੇ, ਇਹਨਾਂ ਨੂੰ ਛੇਤੀ ਛੇਤੀ ਸਟੇ ਦੇਈ ਜਾਂਦੇ ਹਾਂ, ਅਤੇ ਇਹਦੇ ਵਿੱਚ ਤਾਂ ਆ ਤਾਂ ਹੌਲੀ ਹੌਲੀ ਆਈ ਜਾਂਦੇ ਆ ਜਿਹਨਾਂ ਨੇ ਲਾਇਓ ਆ, ਅਤੇ ਮਹੀਨੇ ਕਦੇ ਇੱਕ ਅੱਧਾ ਆਈ ਜਾਵੇ ਇੰਨਾ ਹੀ ਬਹੁਤ ਆ। ਸੋ ਜਦੋਂ ਤੁਹਾਡਾ ਨੰਬਰ ਆਉਣਾ ਤੁਹਾਡਾ ਆ ਜਾਣਾ, ਜੇ ਤੁਹਾਡਾ ਲੱਗਾ ਆ ਠੀਕ ਆ, ਬਾਹਲੀ ਇਹ 'ਚ ਤਹਿਕੀਕਾਤ ਕਰਨ ਦੀ ਲੋੜ ਨਹੀਂ। ਤੁਸੀਂ ਭਾਵੇਂ 8 ਕੀ 18 ਵਕੀਲ ਵੱਲੋ, ਤਾਂ ਵੀ ਕੋਈ ਬੜਾ ਫਰਕ ਨਹੀਂ ਪੈਣਾ ਉਹਦੇ ਵਿੱਚ, ਜਿਹੜਾ ਕੇਸ ਲੱਗਾ ਆ ਲੱਗਾ ਆ, ਉਹਦੇ ਵਿੱਚ ਨਾ ਤੁਹਾਡਾ ਐਮ ਪੀ ਕੁਛ ਕਰ ਸਕਦਾ, ਨਾ ਤੁਹਾਡਾ ਵਕੀਲ ਕੁਛ ਕਰ ਸਕਦਾ, ਇਹ ਹੋਮ ਆਫਿਸ ਦੇ ਹੱਥ ਆ ਜਾਂ ਇਹਦੇ ਵਿੱਚ। ਸੋ ਉਹਦੇ ਵਿੱਚ ਆ ਤੁਹਾਨੂੰ ਹੁਣ ਪਿਆਰ ਨਾਲ ਸਮਝਾ ਤਾ, ਹੁਣ ਸੁਣਨਾ ਸੁਣੋ, ਨਹੀਂ ਸੁਣਨਾ ਨਾ ਸੁਣੋ, ਉਹ ਵੀ ਤੁਹਾਡੀ ਮਰਜ਼ੀ ਆ। ਅਤੇ ਬਾਅਦ 'ਚ ਫਿਰ ਮੂੰਹ ਨਾ ਅੱਡਿਓ ਜਦੋਂ ਰਿਫਿਊਜ਼ ਹੋ ਕੇ ਆ ਗਿਆ ਨਾ, ਬਾਂ ਕਰਦੇ ਫਿਰਦੇ ਆ, ਫਿਰ ਇਹਦੇ ਵਿੱਚ ਉਹ ਵੀ ਨਹੀਂ ਸੱਚਦਾ ਗੱਲ। ਅਤੇ ਫਿਰ ਪਤਾ ਕਈ ਕੀ ਕਹਿੰਦੇ ਆ, ਸਾਨੂੰ ਤਾਂ ਕੋਈ ਫਰਕ ਨਹੀਂ, ਮੈਂ ਤਾਂ ਉੱਦਾਂ ਇੰਗਲੈਂਡ ਨੂੰ ਛੱਡ ਕੇ ਚੱਲਿਆ ਸੀ। ਅੱਛਾ, 12 ਸਾਲ ਤਾਂ ਅੱਗੇ ਛੱਡ ਕੇ ਨਹੀਂ ਗਿਆ, ਤਾਂ ਹੁਣ ਤੈਨੂੰ ਚੇਤਾ ਗਿਆ ਛੱਡਣ ਦਾ, ਉਹ ਜਦੋਂ ਰਿਪੋਰਟ 'ਤੇ ਓਡਰ ਨਿਕਲਿਆ ਨਾ ਹੋਈ ਆ। ਬਾਹਲਾ ਨਹੀਂ ਕਰੀਦਾ, ਜਿਹੜੀ ਚੀਜ਼ ਅਸੀਂ ਮੰਗ ਰਹੇ ਹਾਂ ਨਾ, ਤਾਂ ਉਹ ਆਪਣੇ ਬੜੇ ਹਿਸਾਬ ਨਾਲ ਪਿਆਰ ਨਾਲ ਦੇ ਰਹੇ ਆ ਤੁਹਾਨੂੰ ਬਿਨਾਂ ਦਬਾਅ ਤੋਂ। ਸੋ ਉਹਦੇ ਵਿੱਚ ਇਹ ਆ ਕਿ ਹੁਣ ਇਹਨਾਂ 'ਤੇ ਪ੍ਰੈਸ਼ਰ ਨਾ ਪਾਓ, ਨਹੀਂ ਤਾਂ ਇਹਨਾਂ ਨੇ ਚੱਕ ਕੇ ਸਾਰੇ ਰਿਫਿਊਜ਼ ਕਰ ਦੇਣੇ, ਉਹ ਵੀ ਤੁਸੀਂ ਕੰਮ ਕਰਾਉਣਾ। ਇਹਦੇ ਵਿੱਚ ਇਹ ਕੰਮ ਬਰਸੋਹਣਾ ਲੈਗਸੀ ਦਾ ਚੱਲ ਰਿਹਾ ਸੀਗਾ ਸਾਰਾ, ਠੀਕ, ਕੰਮ ਖਰਾਬ ਕਿੱਥੋਂ ਹੋਇਆ? ਕੰਮ ਖਰਾਬ ਇਹ ਹੋ ਕਿ ਉਹ ਲੋਕਾਂ 'ਤੇ ਵੀ ਕੇਸ ਪਾਤੇ ਜਿਹਨਾਂ ਦਾ ਬਣਦਾ ਹੀ ਨਹੀਂ ਸੀ ਲੈਗਸੀ ਸਕੀਮ, ਇਹਦੇ ਕਰਕੇ ਬੈਕਲੋਗ ਵੱਧ ਗਈ, ਅਤੇ ਉਹਦੇ ਕਰਕੇ ਇਹਨਾਂ ਦੇ ਕੰਮ ਰੋਕੇ। ਇਹਨਾਂ ਨੇ ਸੋਚਿਆ ਕਿ ਹੱਥ ਜਣਾ ਖਾਣਾ ਅਪਲਾਈ ਕਰੀ ਜਾਂਦਾ, ਜਿਹੜਾ ਨਹੀਂ ਵੀ ਬਣਦਾ ਸੀ ਉਹਨਾਂ ਨੇ ਵੀ ਅਪਲਾਈ ਕੀਤੀ। ਪੁੱਛ ਲਿਓ ਲੋਕਾਂ ਨੇ, ਕਈ ਲੋਕ ਕਹੋਗੇ ਭਾਅ ਜੀ ਮੈਂ ਲੈਗਸੀ ਦਾ ਅਪਲਾਈ ਕੀਤਾ, ਮੈਂ ਕਿਹਾ ਕਦੋਂ ਆਇਆ? 2009 'ਚ। ਮੈਂ ਕਿਹਾ ਲੈਗਸੀ ਤਾਂ ਹੈਗਾ ਜਿਹੜੇ 2007 ਤੋਂ ਪਹਿਲਾਂ ਫਿੰਗਰ ਹੋਏ ਹੋਣ, ਅਤੇ ਤੂੰ ਉੱਦਾਂ ਹੀ ਪਾਤਾ? ਨਹੀਂ, ਵਕੀਲ ਨੇ ਕਿਹਾ ਸੀ ਮੈਂ ਪਾਤਾ। ਸੋ ਜਿਹੜਾ ਤੁਹਾਨੂੰ ਪੁੱਠੀ ਸਲਾਹ ਦੇਵੇ ਉਹ ਤੁਹਾਨੂੰ ਵਧੀਆ ਲੱਗਦਾ, ਜਿਹੜਾ ਸਹੀ ਦੇਵੇ ਉਹ ਤੁਸੀਂ ਮੰਨਦੇ ਨਹੀਂ, ਫਿਰ ਬਾਅਦ 'ਚ ਪਟਾਕਾ ਪੈਂਦਾ, ਫਿਰ ਭਾਅ ਜੀ ਚੇਤੇ ਆਉਂਦਾ। ਚਲੋ ਕੋਈ ਗੱਲ ਨਹੀਂ, ਫਿਰ ਬਾਂ ਬਾਂ ਨਾ ਕਰਿਆ ਕਰੋ ਮੇਰੇ ਵੀਰ, ਹੈ ਚੰਗਾ ਨਹੀਂ ਲੱਗਦਾ ਬਣ ਗਰਾਊਂਡ ਪਰਸਨ ਫਿਰ ਬਾਂ ਬਾਂ ਬੱਚੇ ਅੰਗਰ ਕਰਦਾ, ਫਿਰ ਜਾਂ ਤਾਂ ਆਪਣੀ ਫਿਰ ਕਿਹਾ ਕਰੋ ਹਾਂ ਭਾਅ ਜੀ ਅਸੀਂ ਜੂਆ ਖੇਲਿਆ, ਬਣੀ ਨਹੀਂ ਗੱਲ, ਰਾਡ ਪਾਉਣ ਦੀ ਲੋੜ ਨਹੀਂ। ਚਲੋ ਹੁਣ ਅਸੀਂ ਜਾਂਦੇ ਅਗਲੇ ਕਾਲਰ ਵੱਲ, ਤਾਂ ਦੇਖਦੇ ਕੌਣ ਆ ਲਾਈਨ 'ਤੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭਾਅ ਜੀ, ਤੁਹਾਨੂੰ ਦੋ ਗੱਲਾਂ ਪੁੱਛਣੀਆਂ ਸੀ ਨਾ। ਪੁੱਛੋ ਜੀ। ਇੱਕ ਤਾਂ ਮੈਂ ਆਇਆ ਸੀ 98 ਵਿੱਚ, ਹੈ ਨਾ, ਅਤੇ 2010 'ਚ ਮੈਂ ਵਿਆਹ ਕਰਾਇਆ ਸੀ, ਹੈ ਨਾ। ਠੀਕ ਹੈ, 98 'ਚ ਆਏ ਜਾਂ 2008 'ਚ ਆਏ? ਕਿੱਦਾਂ? ਰਾਈਟ, ਠੀਕ ਹੈ, 98 'ਚ। ਠੀਕ ਹੈ, ਤਾਂ 2010 'ਚ ਵਿਆਹ ਕੀਤਾ ਤੂੰ? ਹਾਂਜੀ। ਠੀਕ ਹੈ, ਅਤੇ ਅਸੀਂ ਪਿਛਲੇ ਸਾਲ ਪਾਈ ਸੀ ਮਈ ਵਿੱਚ ਐਪਲੀਕੇਸ਼ਨ, ਹੈ ਨਾ। ਹਾਂ, ਅਤੇ ਉਹਨਾਂ ਦਾ ਬਾਇਓਮੈਟ੍ਰਿਕ ਆ ਗਿਆ ਸੀ ਦੋਵਾਂ ਵੀਕਾਂ ਬਾਅਦ। ਉਹ ਤਾਂ ਸਾਰਿਆਂ ਨੂੰ ਭੇਜ ਦਿੰਦੇ ਹੁੰਦੇ ਆ। ਉਹ ਕਰਤਾ, ਹਾਂਜੀ, ਹੈ ਨਾ। ਹਾਂ, ਅਤੇ ਹੁਣ ਨਾ ਸਾਨੂੰ ਚਿੱਠੀ ਆਈ ਆ UKP ਵਾਲਿਆਂ ਦੀ, ਉਹ ਕਹਿੰਦੇ ਸਾਡੇ ਜਿੱਦਾਂ ਮੇਰਾ ਅਤੇ ਮਿਸਿਸ ਦਾ ਪਾਸਪੋਰਟ ਭੇਜੋ ਵਾਪਸ, ਹੈ ਨਾ। ਹਾਂ, ਅਤੇ ਉਹ ਜਿੱਦਾਂ ਕੋਈ ਡਰਨ ਵਾਲੀ ਗੱਲ ਤਾਂ ਨਹੀਂ ਕੋਈ? ਭਾਅ ਜੀ ਕੁਛ ਕਹਿ
ਤਾਂ ਚਲੋ ਜੇ ਉਹ ਮੰਗਦੇ ਆ ਤੁਸੀਂ ਭੇਜ ਦਿਓ। ਇਹਦੇ ਵਿੱਚ ਭਾਅ ਜੀ ਕੁਛ ਕਹਿ ਨਹੀਂ ਸਕਦੇ ਕਿ ਗੁੱਡ ਨਿਊਜ਼ ਆ ਜਾਂ ਬੈਡ ਨਿਊਜ਼ ਆ, ਹਾਂ ਵੀ ਕਰ ਸਕਦੇ ਨਾ ਵੀ ਕਰ ਸਕਦੇ। ਹਾਂਜੀ ਹਾਂਜੀ ਹਾਂ, ਪਰ ਜੋ ਵੀ ਮੰਗਦੇ ਆ, ਜੋ ਵੀ ਮੰਗਦੇ ਆ ਭੇਜ ਦੇ ਇਹਨਾਂ ਨੂੰ। ਹਾਂਜੀ ਹਾਂਜੀ ਹਾਂ, ਇੱਕ ਗੱਲ ਹੋਰ ਪੁੱਛਣੀ ਭਾਅ ਜੀ, ਦੋ ਵੀਕ ਮੈਂ ਤੁਹਾਡੇ ਪ੍ਰੋਗਰਾਮ 'ਤੇ ਸੁਣਿਆ ਸੀਗਾ, ਤੁਸੀਂ ਕਹਿੰਦੇ ਸੀਗੇ ਹੈ ਨਾ ਜਿਸ ਇਨ ਕੇਸ ਨਾ ਜਦੋਂ ਰਿਫਿਊਜ਼ਲ ਹੋ ਜਾਵੇ ਹੈ ਨਾ, ਜਿੱਦਾਂ ਬੇਬੀ ਦੇ ਉੱਤੇ ਆਪਾਂ ਕੇਸ ਪਾ ਸਕਦੇ ਜਿੱਦਾਂ ਮੇਰੇ ਵੱਲੋਂ? ਇਹ ਤਾਂ ਤੂੰ ਸਾਲ ਦਾ ਹੋ ਗਿਆ ਪਾ ਸਕਦਾ ਸੀਗਾ। ਹਾਂਜੀ ਅੱਛਾ ਜੀ, ਇਹ ਤਾਂ ਤੈਨੂੰ ਕਾਦਾ ਪਾਉਣਾ ਚਾਹੀਦਾ ਸੀ। ਮੈਨੂੰ ਤਾਂ ਖਿਆਲ ਸਾਲ ਹੋ ਗਿਆ ਕਹਿੰਦੇ ਉਹਨੂੰ ਕਿ ਪਾਓ ਜੀ ਬੇਬੀ ਦੇ ਬੇਸ 'ਤੇ ਕੇਸ। ਨਹੀਂ ਜਿੱਦਾਂ ਹੁਣ ਜੇ ਮੰਨ ਲਓ ਰਿਫਿਊਜ਼ ਹੋ ਜਾਵੇ, ਰੱਬ ਨਾ ਕਰੇ, ਪਾ ਸਕਦੇ ਨੇ? ਹਾਂ, ਪਰ ਉਹ ਤਾਂ ਉਹਦੇ ਲਈ ਪਾਸਪੋਰਟ ਚਾਹੀਦਾ ਮੇਰਾ ਵੀਰ, ਜੇ ਪਾਸਪੋਰਟ ਰੱਖ ਲਿਆ ਤੇਰਾ ਇਹਨਾਂ ਨੇ। ਹਾਂਜੀ ਹਾਂ, ਫਿਰ ਪੰਗਾ ਪੈਣਾ। ਚਲੋ ਕੋਈ ਗੱਲ ਨਹੀਂ, ਦੇਖ ਪਹਿਲਾਂ ਇੱਧਰੋਂ ਕੀ ਆਉਂਦਾ, ਹੋ ਸਕਦਾ ਤੇਰਾ ਹੋ ਵੀ ਜਾਵੇ, ਜੇ ਨਹੀਂ ਤਾਂ ਜੇ ਤੇਰਾ ਪਾਸਪੋਰਟ ਮੁੜ ਕੇ ਭੇਜ ਦਿੰਦੇ ਆ ਤਾਂ ਫਿਰ ਕੋਈ ਗੱਲ ਨਹੀਂ, ਫਿਰ ਪਾ ਦਿੰਦੇ ਆ, ਪਰ ਇਹ ਤੁਹਾਨੂੰ ਪਹਿਲਾਂ ਪਾ ਦੇਣਾ ਚਾਹੀਦਾ ਸੀਗਾ। ਹਾਂਜੀ ਹਾਂਜੀ, ਜਿਨ੍ਹਾਂ ਨੇ ਪਾਇਓ ਆ ਉਹਨਾਂ ਦੇ ਹੁਣ ਆਉਣੇ ਸ਼ੁਰੂ ਕੀ ਹੋਏ ਆ। ਹਾਂਜੀ ਹਾਂਜੀ, ਸਾਨੂੰ ਜਿਹਦਾ ਪਿਛਲੇ ਮਈ ਦਾ ਪਾਇਆ ਸੀਗਾ ਹਨਾ, ਹੁਣ ਆਈ ਚਿੱਠੀ ਕਹਿੰਦੇ ਪਾਸਪੋਰਟ, ਪਹਿਲਾਂ ਪਾਸਪੋਰਟ ਤਾਂ ਨਹੀਂ ਭੇਜਿਆ ਕਿਉਂਕਿ ਮਿਸਿੰਗ ਦਾ ਡੈਡ ਫਾਦਰ ਨੂੰ ਠੀਕ ਨਹੀਂ ਸੀ ਨਾ ਕਰਕੇ। ਠੀਕ ਆ, ਉਹ ਕਹਿੰਦੇ ਸ਼ਾਇਦ ਸਾਨੂੰ ਕਿਤੇ ਅਬਰੋਡ ਨਾ ਜਾਣਾ ਪਵੇ ਹਨਾ। ਠੀਕ ਆ, ਤੁਸੀਂ ਭੇਜ ਦਿਓ ਭਾਜੀ, ਕੋਈ ਗੱਲ ਨਹੀਂ, ਦੇਖੋ ਹੁਣ ਕੀ ਨਿਕਲਦਾ ਕੱਟਾ ਕੱਟੀ ਦੇਖੋ। ਓਕੇ ਵੀਰ, ਓਕੇ। ਜੇ ਨਹੀਂ, ਜੇ ਨਾ ਕਰਦੇ ਆ ਤਾਂ ਫਿਰ ਬੱਚੇ ਦੀ ਬੇਸ 'ਤੇ ਪਾਉਣ ਦੀ ਕੋਸ਼ਿਸ਼ ਕਰਾਂਗੇ, ਉਹਦੇ ਵਿੱਚ ਤੈਨੂੰ ਮਿਲ ਜਾਣਾ ਸੀਗਾ। ਠੀਕ ਆ ਭਾਜੀ, ਥੈਂਕ ਯੂ। ਓਕੇ ਵੀਰ, ਥੈਂਕਸ ਲੋਟ। ਓਕੇ, ਨੋ ਪ੍ਰੋਬਲਮ, ਬਾਏ ਬਾਏ। ਸੋ ਹਾਂਜੀ, ਜੇ ਤੁਹਾਡਾ ਬੱਚਾ ਇੱਥੇ ਆ ਤਾਂ ਉਹ ਬ੍ਰਿਟਿਸ਼ ਆ, ਤੁਸੀਂ ਆਪਣਾ ਕੇਸ ਪਾਓ, ਕਿ ਉਹ ਕਾਨੂੰਨ ਨਵੰਬਰ 'ਚ ਕਲੀਅਰ ਹੋਇਆ। ਸੋ ਜਿਨ੍ਹਾਂ ਦੇ ਲੱਗੇ ਹੋ ਆ, ਸਾਲ ਤੋਂ ਕਈਆਂ ਦੇ ਹੋ ਗਏ ਲੱਗੇ ਹੋ, ਉਹਨਾਂ ਦੇ ਹੁਣ ਵੀਜ਼ੇ ਆਉਣੇ ਸ਼ੁਰੂ ਕੀਤੇ ਆ, ਬਟ ਉਹ ਇੱਕ ਸਪੈਸ਼ਲ ਐਪਲੀਕੇਸ਼ਨ ਵਿੱਚ ਆਉਂਦਾ, ਉਹ ਆਮ ਤੌਰ 'ਤੇ ਵਿਆਹ ਦੀ ਐਪਲੀਕੇਸ਼ਨ ਵਿੱਚ ਨਹੀਂ ਆਉਂਦਾ, ਉਹ ਬੱਚੇ ਦੇ ਬੇਸ 'ਤੇ ਪਾਉਣਾ ਪੈਂਦਾ। ਚਲੋ ਜੀ, ਫਿਲਹਾਲ ਮੈਂ ਐਪਲੀਕੇਸ਼ਨ ਪਾਉਣਾ ਅਤੇ ਮੈਂ ਤੁਹਾਨੂੰ ਮਿਲਦਾ ਬ੍ਰੇਕ ਤੋਂ ਬਾਅਦ। ਸਾਰਿਆਂ ਨੂੰ ਇੱਕ ਵਾਰੀ ਸਵਾਗਤ ਹੈ, ਵੈਲਕਮ ਟੂ ਲੀਗਲ ਸਲਿਊਸ਼ਨਸ। ਐਂਡ 'ਤੇ ਨਾ ਮੈਂ ਗੱਲ ਕਰੂੰਗਾ ਤੁਹਾਨੂੰ ਥੋੜ੍ਹੇ ਪਟਾਕੇ ਜਿਹੇ ਵਾਲੀ, ਅਤੇ ਥੋੜ੍ਹੇ ਧਿਆਨ ਨਾਲ ਸੁਣਿਓ ਗੱਲ ਨੂੰ, ਥੋੜ੍ਹਾ ਮੈਸੇਜ ਹੋਊਗਾ ਉਹ ਵੀ ਹੁਣ ਫਸਟ ਖੂਲਾ ਫੂਡ ਆਊਸ ਇਫ ਯੂ ਨੋ ਆਈ ਮੀਨ ਸੋ ਨਾ ਇਟ ਵਾਸਨਟ ਸੋ ਸ਼ੀ ਇਜ਼ ਗੋਇੰਗ ਟੂ ਸਟਾਪ ਗੋਇੰਗ ਫॉर द ਰਾਈਟਸ ਐਂਡ ਚਲੋ ਐਮਪੀ ਸਾਹਿਬ ਭਾਅ ਜੀ ਕੇ ਮੈਸੇਜ ਆ ਕੇ ਤੁਹਾਡੇ ਨਾਲ ਜੇ ਗੱਲ ਕਰਨੀ ਹੋਵੇ ਜਾਂ ਆਪਣਾ ਅਸੀਂ ਮੈਸੇਜ ਪਹੁੰਚਾਉਣਾ ਹੋਵੇ ਕਿੱਦਾਂ ਕਰ ਸਕਦੇ? ਦੇਖੋ, ਮੈਂ ਫੇਸਬੁੱਕ 'ਤੇ ਜਾਂ ਟਵਿੱਟਰ 'ਤੇ ਸਲਾਹ ਤਾਂ ਦਿੰਦਾ ਨਹੀਂ, ਨਾ ਹੀ ਮੈਂ ਫੋਨ 'ਤੇ ਦਿੰਦਾ। ਸੋ ਜੇ ਸਲਾਹ ਲੈਣੀ ਬਿਲਕੁਲ ਡੋਂਟ ਐਡ ਮੀ ਔਰ ਕੰਟੈਕਟ ਮੀ, ਨਾ ਹੀ ਮੇਰੇ ਵੋਲ 'ਤੇ ਮੈਸੇਜ ਦਿਓ। ਜੇ ਤੁਸੀਂ ਆਪਣਾ ਕੋਈ ਬਰਥਡੇ ਮੈਸੇਜ ਆ, ਕੋਈ ਇੱਦਾਂ ਦਾ ਸੰਦੇਸ਼ ਆ, ਕੋਈ ਵੈਸੇ ਫੀਡਬੈਕ ਦੇਣੀ ਆ, ਦੈਨ ਤੁਸੀਂ ਫੇਸਬੁੱਕ 'ਤੇ ਮੈਨੂੰ ਮੈਸੇਜ ਭੇਜ ਸਕਦੇ ਆ। ਸਾਡਾ ਲੀਗਲ ਸਲਿਊਸ਼ਨਸ ਫੇਸਬੁੱਕ 'ਤੇ ਪੇਜ ਹੈਗਾ ਆ, ਉੱਥੇ ਤੁਸੀਂ ਮੈਸੇਜ ਭੇਜ ਸਕਦੇ ਆ। ਟਵਿੱਟਰ 'ਤੇ ਆ ਅਸੀਂ, ਤਾਂ ਤੁਸੀਂ ਟਵਿੱਟਰ 'ਤੇ ਐਡ ਕਰ ਸਕਦੇ ਆ ਐਂਡ ਮੈਸੇਜ ਕਰ ਸਕ ਟਵੀਟ ਕਰ ਸਕਦੇ ਹਾਂ। ਬਾ ਅਮਾ ਸਦਮੇ A lot of my followers are sade fauji bra and they haven't got the concept of Twitter yet. They've just about managed to use Facebook. So all I do is that they end up following me and I get a message just saying my name on it, saying Harjap, and I'm like, okay, how am I, what's I supposed to retweet that? What am I supposed to do? So hale Twitter da concept nahi aaya sade veeran nu, par koi gal nahi, holi holi sikh lunga ide vich kadi. Je Facebook te assi maat pa layi ta Twitter ki hai, koi gal nahi, sikhange. We're going to start our own version, Punjabi Twitter. ਉਹਦੇ ਵਿੱਚ ਦੇਖੋ ਕਿੱਦਾਂ ਟਵੀਟਾਂ ਫਿਰ ਵੱਜਦੀਆਂ। ਸੋ ਯੇ, ਯੂ ਕੈਨ ਟਵੀਟ ਮੀ ਐਟ ਹਰਜਾਪ ਬੰਗਲ ਇਫ ਯੂ ਗੋਟ ਅ ਮੈਸੇਜ ਔਨ ਦ ਸ਼ੋ। ਮੇਰਾ ਖਿਆਲ ਕਾਲਰ ਆ ਲਾਈਨ 'ਤੇ, ਵਿਲ ਗੋ ਔਨ ਟੂ ਕਾਲ ਫਸਟ ਐਂਡ ਦੈਨ ਆਈ ਰੀਡ ਯੋਰ ਮੈਸੇਜਸ ਆਊਟ। ਹੈਲੋ ਹੈਲੋ ਭਾਜੀ। ਹੈਲੋ ਜੀ, ਕੀ ਹਾਲ ਹੈ? ਠੀਕ, ਬਿਲਕੁਲ ਠੀਕ ਠਾਕ ਜੀ। ਭਾਜੀ, ਇੱਕ ਤਾਂ ਤੁਹਾਡਾ ਸ਼ੋਅ ਬੜਾ ਅੱਛਾ ਹੈ। ਥੈਂਕ ਯੂ ਵੈਰੀ ਮਚ ਜੀ। ਤੇ ਮੈਂ ਤੇ ਮੇਰੇ ਬੱਚੇ ਦੇ ਸਾਰੇ ਅਸੀਂ ਸ਼ੌਕ ਨਾਲ ਤੁਹਾਡਾ ਸ਼ੋਅ ਦੇਖ ਰਹੇ ਹਾਂ। ਵੈਰੀ ਗੁੱਡ, ਥੈਂਕ ਯੂ ਜੀ, ਥੈਂਕ ਯੂ ਤੁਹਾਡਾ। ਇੱਕ ਤੇ ਆਪਣਾ ਕਾਨੂੰਨੀ ਵੀ ਸਲਾਹ ਲੱਭ ਜਾਂਦੀ ਹੈ ਤੇ ਦੂਜਾ ਤੁਸੀਂ ਜਿਹੜੇ ਨਾਲ ਸ਼ੁਗਰ ਮੇਲਾ ਹੋ ਜਾਂਦਾ ਜੀ। ਸ਼ੁਗਰ ਮੇਲਾ ਹੋ ਜਾਂਦਾ। ਆਹ ਫਿਰ ਹੁਣ ਕੀ ਕਰੀਏ? ਹੁਣ ਜ਼ਿੰਦਗੀ ਜੀਣ ਦੇ ਦੋ ਤਰੀਕੇ ਆ ਮੇਰੇ ਵੀਰ, ਜਾਂ ਤਾਂ ਬਹਿ ਕੇ ਰੋਈ ਜਾਓ ਤਾਂ ਹਾਏ ਮਰ ਗਏ, ਹਾਏ ਲੁੱਟ ਕੇ ਕਹੀ ਜਾਓ, ਜਾਂ ਤਾਂ ਫਿਰ ਸ਼ੁਗਰ ਮੇਲੇ 'ਚ ਗੱਲ ਟਾਲ ਦਿਓ, ਵਧੀਆ ਰਹਿੰਦੀ ਹੈ। ਯਕੀਨ ਕਰੋ ਭਾਜੀ, ਬੜਾ ਅੱਛਾ ਸ਼ੋਅ ਹੈ ਤੁਹਾਡਾ। ਇੱਕ ਸਾਲ ਤੋਂ ਹੀ ਆਪਣੇ ਦੁਨੀਆ ਦੀ ਵੀ ਤੁਹਾਡਾ ਸ਼ੋਅ ਤੱਕ ਰਿਹਾ। ਚਲੋ ਵਧੀਆ ਜੀ, ਇਹ ਤਾਂ ਫਿਰ ਰਿਕਾਰਡ ਹੀ ਟੁੱਟ ਗਏ, ਇੰਨਾ ਤਾਂ ਮੈਂ ਵੀ ਨਹੀਂ ਆਪਣਾ ਸ਼ੋਅ ਦੇਖਦਾ ਜਿੰਨਾ ਤੁਸੀਂ ਦੇਖਦੇ ਆ। ਹਾਂਜੀ ਮਹਾਰਾਜ ਜੀ, ਸਵਾਲ ਇਹ ਵੀ ਭਾਜੀ ਕਿ ਮੇਰਾ ਦੋਸਤ ਹੈ ਤੇ ਉਹਦੇ ਨਾ ਅਨਡੈਫੀਨੇਟ ਹੋਲਡਰ ਲੜਕੀ ਨਾਲ ਸ਼ਾਦੀ ਕੀਤੀ ਹੈ। ਠੀਕ ਹੈ। ਆਪਣਾ ਸਲਾਮੀ ਮੈਰਿਜ ਕੀਤੀ। ਠੀਕ ਹੈ। ਤੇ ਉਹਦੇ ਵਿੱਚ ਨਾ ਉਹਦੇ ਦੋ ਬੇਬੀ ਨੇ। ਵੈਰੀ ਗੁੱਡ। ਤੇ ਦੋਵੇਂ ਮਤਲਬ ਕਿ ਬ੍ਰਿਟਿਸ਼ ਸਿਟੀਜ਼ਨ ਨੇ, ਬੱਚੇ ਜ਼ਾਰੀ ਕਰ ਲਏ ਮਾਂ ਕੋਲ ਡੈਫੀਨੇਟ ਤੇ। ਵੈਰੀ ਗੁੱਡ, ਠੀਕ। ਬੱਚਿਆਂ ਕੋਲ ਪਾਸਪੋਰਟ ਉਹਨਾਂ ਨੂੰ ਬੱਚਿਆਂ ਕੋਲ ਹੈ। ਠੀਕ ਹੈ ਜੀ। ਤੇ ਉਹਨੇ ਨਾ ਕੋਈ 4 ਮਹੀਨੇ ਹੋ ਗਿਆ ਨੇ ਆਪਣਾ ਉਹਨੇ ਕੇਸ ਭੇਜਿਆ ਜੇ ਐਫ ਐਲ ਆਰ ਓ ਚ, ਬੱਚਿਆਂ ਦੀ ਬੇਸ ਤੇ, ਕਿਉਂਕਿ ਸ਼ਾਦੀ ਸਲਾਮੀ ਹੋਈ ਹੈ। ਤੇ ਉਹ ਬੱਚਿਆਂ ਦੀ ਬੇਸ ਤੇ ਉਹਨੇ ਕੇਸ ਭੇਜਿਆ ਤੇ ਹਜੇ ਤੱਕ 4 ਮਾਹ ਹੋ ਗਏ ਨੇ ਤਕਰੀਬਨ, ਕੋਈ ਉਹਨੂੰ
ਕੋਈ ਕੋਈ ਫਿੰਗਰਪ੍ਰਿੰਟ ਕੋਈ ਲੈਟਰ ਕੋਈ ਅਕਨੋਲਜਮੈਂਟ ਲੈਟਰ ਸਿਰਫ ਉਹਨੂੰ ਆ ਗਿਆ ਸੀ ਉਸ ਤੋਂ ਬਾਅਦ ਬੱਚਿਆਂ ਦੀ ਉਮਰ ਕਿੰਨੀ ਹੈ ਜੀ ਬੇਬੀ ਦੀ ਇੱਕ ਤੇ ਹੋਣ ਹੀ ਉਹਦਾ ਹੋਇਆ ਕੋਈ ਮੈਂ ਕਿਹਾ 3 ਮਾਹ ਦਾ ਹੋ ਗਿਆ ਬੱਚਾ ਉਹਦਾ ਇੱਕ ਹੋਣ ਅੱਛਾ ਤੇ ਇੱਕ ਕੋਈ 4 ਸਾਲ ਦਾ ਰਾਈਟ ਉਹ ਐਫ ਐਲ ਆਰ ਓ ਚ ਨਹੀਂ ਫੇ ਹੁੰਦੇ ਉਹਦੇ ਬੇਸ ਤੇ ਉਹ ਇੱਕ ਅਲੱਗਾ ਐਪਲੀਕੇਸ਼ਨ ਹੁੰਦੀ ਆ ਉਹ ਵੀ ਹੁੰਦੀ ਆ ਉਹਦੇ ਵਕੀਲ ਨੂੰ ਦੱਸਣਾ ਚਾਹੀਦਾ ਸੀ ਕਿ ਇੱਕ ਅਲੱਗਾ ਐਪਲੀਕੇਸ਼ਨ ਬਣਾਈ ਦੀ ਹੁੰਦੀ ਹੈ ਬੱਚਿਆਂ ਦੇ ਬੇਸ ਤੇ ਉਹ ਫਿਰ ਭੇਜੀ ਦੀ ਹੁੰਦੀ ਹੋਮ ਆਫਿਸ ਫਿਰ ਉਹਦੇ ਬੇਸ ਤੇ ਸਟੇ ਮਿਲ ਜਾਂਦੀ ਆ ਐਫ ਐਲ ਆਰ ਓ ਚ ਤਕਰੀਬਨ ਰਿਫਿਊਜ਼ਲ ਹੀ ਆਉਂਦਾ ਕਿਉਂ ਐਫ ਐਲ ਆਰ ਓ ਤਾਂ ਉਹਨਾਂ ਲਈ ਆ ਜਿਹੜੇ ਬੱਚਿਆਂ ਦੀ ਉਮਰ 7 ਸਾਲ ਦੀ ਹੋ ਚੁੱਕੀ ਆ ਉਹੀ ਗੱਲ ਆ ਨਾ ਜੇ ਬੱਚੇ ਬ੍ਰਿਟਿਸ਼ ਆ ਉਹ ਐਪਲੀਕੇਸ਼ਨ ਹੋਰ ਹੁੰਦੀ ਆ ਮੇਰਾ ਵੀਰ ਸੋ ਇਹ ਦੇਖ ਲਵੇ ਆਪਣੇ ਵਕੀਲ ਕੋ ਜਾ ਕੇ ਕਵੇ ਕਿ ਮੇਰੀ ਐਪਲੀਕੇਸ਼ਨ ਤੂੰ ਸਹੀ ਪਾਈ ਵੀ ਹੈ ਜਾਂ ਨਹੀਂ ਭਾਜੀ ਮੈਂ ਪੂਰੀ ਗੱਲ ਸਮਝਦਾ ਗੱਲ ਨੂੰ ਮੁੰਡਾ ਫੌਜੀ ਆ ਵਾਈਫ ਉਹਦੀ ਬ੍ਰਿਟਿਸ਼ ਆ ਨਿਆਣੇ ਦੋ ਉਹਦੇ ਬ੍ਰਿਟਿਸ਼ ਆ ਸ਼ਾਦੀ ਨਹੀਂ ਹੋਈ ਰਜਿਸਟਰਡ ਇਸਲਾਮੀ ਵਿਆਹ ਹੋਇਆ ਰਾਈਟ ਉਹ ਜੇ ਬੱਚਿਆਂ ਦੇ ਬੇਸ 'ਤੇ ਸਟੇ ਲੈਣਾ ਚਾਹੁੰਦਾ ਹੈ ਨਾ ਮੇਰੇ ਵੀਰ ਉਹ ਇੱਕ ਅਲੱਗਾ ਐਪਲੀਕੇਸ਼ਨ ਹੁੰਦੀ ਯੂਰੋਪੀਅਨ ਲਾਅ ਥੱਲੇ ਪਾਈਦੀ ਉਹ ਕਿੰਨੇ ਸਾਲ ਦਾ ਉਹਨੂੰ ਸਟੇ ਅਗਰ ਮਿਲੇਗਾ ਤੇ ਕਿੰਨੇ ਐਫ ਐਲ ਆਰ ਓ 'ਚ ਤਾਂ ਕੱਖ ਨਹੀਂ ਮਿਲਣਾ ਉਹਨੂੰ ਉਹ ਤਾਂ ਐਪਲੀਕੇਸ਼ਨ ਹੀ ਗਲਤ ਪਾਤੀ ਜੇ ਇਹ ਯੂਰੋਪੀਅਨ ਲਾਅ ਥੱਲੇ ਅਪਲਾਈ ਕਰੇਗਾ ਤਾਂ 5 ਸਾਲ ਦਾ ਵੀਜ਼ਾ ਲੱਗ ਸਕਦਾ ਹੈ ਪਰ ਉਹਨੂੰ ਵੀ ਟਾਈਮ ਲੱਗਦਾ ਪਰ ਲੱਗ ਜਾਂਦਾ ਖਿੱਚ ਦੂਗੇ ਯੂਰੋਪੀਅਨ ਲਾਅ ਦੀ ਵੀ ਕੋਈ ਫੀਸ ਹੈ ਵੇ ਭਾਜੀ ਉਹ ਵਕੀਲ ਫੀਸ ਲੈਂਦੇ ਆ ਹੋਮ ਆਫਿਸ ਦੀ ਤਾਂ ਕੁਛ ਵੀ ਨਹੀਂ ਹਾਂ ਅੱਛਾ ਹੋਮ ਆਫਿਸ ਦੀ ਕੁਝ ਵੀ ਨਹੀਂ ਫੀਸ ਹਾਂ ਤੇ ਸ਼ਾਦੀ ਕਰ ਲਵੇ ਸ਼ਾਦੀ ਕਰਨਾ ਜ਼ਰੂਰੀ ਆ ਇੰਗਲਿਸ਼ ਟਾਈਮ ਰਜਿਸਟਰ ਕਰਵਾ ਲਵੇ ਹਾਂ ਰਜਿਸਟਰ ਕਰਾ ਲਵੇ ਅੱਛਾ ਤੇ ਪਲੀਜ਼ ਨਾ ਮੈਂ ਫੋਨ ਬੰਦ ਕਰਨਾ ਤੇ ਬਾੜੀ ਥੋੜੀ ਕੋ ਰੋਸ਼ਨੀ ਪਾਓ ਜਿਨ੍ਹਾਂ ਦੀਆਂ ਬੀਵੀਆਂ ਕੋ ਬ੍ਰਿਟਿਸ਼ ਸਿਟੀਜ਼ਨ ਨੇ ਮੈਂ ਭਾਜੀ ਪੂਰਾ ਸਾਲ ਹੋ ਗਿਆ ਮੈਨੂੰ ਕਹਿੰਦਿਆਂ ਨੂੰ ਹੁਣ ਪਤਾ ਨਹੀਂ ਕੋਈ ਸੁਣਦਾ ਜਾਂ ਨਹੀਂ ਮੈਂ ਤਾਂ ਸਾਰਿਆਂ ਨੂੰ ਕਿਹਾ ਕਿ ਜਿਨ੍ਹਾਂ ਦੀ ਵਾਈਫਾਂ ਬ੍ਰਿਟਿਸ਼ ਆ ਤਾਂ ਬੱਚੇ ਆ ਇਹ ਨਹੀਂ ਕਿ ਇਕੱਲੀ ਵਾਈਫ ਹੋਵੇ ਬੱਚਾ ਵੀ ਚਾਹੀਦਾ ਬ੍ਰਿਟਿਸ਼ ਤਾਂ ਫਿਰ ਉਹ ਆਪਣਾ ਕੇਸ ਲਾ ਸਕਦੇ ਆ ਤਾਂ ਫਿਰ ਸ਼ੱਕ ਲਾ ਦੇਣ ਉਹਨਾਂ ਦੇ ਲਾਇਓ ਵੀ ਅਸੀਂ ਤਾਂ ਉਹਨਾਂ ਦੇ ਹੁਣ ਵੀਜ਼ੇ ਇਸ਼ੂ ਹੋਣੇ ਸ਼ੁਰੂ ਕੀਤੇ ਕੰਮ ਦੀ ਪਰਮਿਸ਼ਨਾਂ ਵੀ ਮਿਲ ਗਈਆਂ ਉਹਨਾਂ ਨੂੰ ਯੂਰੋਪੀਅਨ ਜੀ ਤੁਸੀਂ ਕਰ ਰਹੇ ਹੋ ਹਾਂਜੀ ਅੱਛਾ ਯੂਰੋਪੀਅਨ ਯੂਨੀਅਨ ਵਿੱਚ ਕਰਨੀ ਚਾਹੀਦੀ ਹੈ ਉਹਨੂੰ ਇਹ ਆਪਣੇ ਜਿਹੜਾ ਤੁਹਾਡਾ ਵਕੀਲ ਜੇ ਤਾਂ ਉਹਨੂੰ ਸਭ ਕੁਝ ਪਤਾ ਆ ਨਾ ਉਹਨੂੰ ਇਸ ਚੀਜ਼ ਦਾ ਪਤਾ ਹੋਣਾ ਚਾਹੀਦਾ ਨਾਦਾਨ ਵਕੀਲਾਂ ਨੂੰ ਨਹੀਂ ਪਤਾ ਜਿਹੜੇ ਹੰਡੇ ਉਹ ਵਕੀਲ ਆ ਉਹਨਾਂ ਨੂੰ ਪਤਾ ਇਸ ਚੀਜ਼ ਬਾਰੇ ਆਪਣਾ ਵਕੀਲ ਤੁਸੀਂ ਸਹੀ ਚੁਣੋ ਹਾਂਜੀ ਮੇਰਾ ਵੀਰ ਉਹਦੇ ਨਾਲ ਜਾਵਾਂਗਾ ਉਹਦੀ ਅਪਾਇੰਟਮੈਂਟ ਲੈ ਕੇ ਨਾ ਤੇ ਚੈੱਕ ਕਰਾਂਗੇ ਕੀ ਬਣਦਾ ਤੁਹਾਡੇ ਹੀ ਮੈਂ ਨਾਲ ਗੱਲ ਕਰਾਂਗਾ ਉਹਨਾਂ ਨਾਲ ਜਾ ਕੇ ਹਾਂਜੀ ਤੁਹਾਡਾ ਸ਼ੋਅ ਬੜਾ ਅੱਛਾ ਭਾਜੀ ਹਾਂਜੀ ਮੈਨੂੰ ਮੈਂ ਬੜਾ ਤੁਹਾਡਾ ਅੱਛੇ ਤਰੀਕੇ ਨਾਲ ਸ਼ੋਅ ਦੇਖਣਾ ਮਹਾਰਾਜ ਜੀ ਤੁਹਾਡੀ ਉਹ ਐਂਟਰਟੇਨਮੈਂਟ ਵੀ ਮਿਲ ਜਾਂਦੀ ਹੈ ਤੇ ਨਾਲੇ ਸਲਾਹ ਵੀ ਲੱਭ ਜਾਂਦੀ ਹੈ ਹਾਂਜੀ ਪਰ ਸਲਾਹ ਮੰਨਿਆ ਵੀ ਕਰੋ ਨਾ ਸਹੀ ਭਾਜੀ ਸਲਾਹ ਤੁਸੀਂ ਹੁਣ ਜਾਂਦੇ ਹੀ ਉਹਨਾਂ ਕੋਲ ਜਿਹੜੇ ਤੁਹਾਨੂੰ ਪੁੱਠੇ ਰਾਹੇ ਪਾਉਂਦੇ ਆ ਨਹੀਂ ਮੇਰਾ ਤੇ ਭਾਜੀ ਸ਼ੁਕਰ ਹੈ ਮੇਰਾ ਤੇਰਾ ਤਾਂ ਠੀਕ ਆ ਹੁਣ ਆਪਣੇ ਦੋਸਤਾਂ ਨੂੰ ਕਹੇ ਨਾ ਹਾਂਜੀ ਨਿਆਲੇ ਨੇ ਭਾਜੀ ਚਲੋ ਚਲੋ ਵਧੀਆ ਓਕੇ ਮੇਰਾ ਵੀਰ ਓਕੇ ਥੈਂਕ ਯੂ ਭਾਜੀ ਓਕੇ ਥੈਂਕ ਯੂ ਵੈਰੀ ਮਚ ਸਾਕਸ ਹਾਂਜੀ ਇਹੀ ਤਾਂ ਪ੍ਰੋਬਲਮ ਹੈ ਨਾ ਤੁਸੀਂ ਭਾਜੀ ਦੀ ਗੱਲਾਂ ਸੁਣ ਕੇ ਫਿਰ ਤੁਸੀਂ ਆਪਣੀ ਕਲੈਵਰੀਆਂ ਵਰਤਦੇ ਆ ਜਾਂ ਫਿਰ ਗਲਤ ਬੰਦਿਆਂ ਕੋਲ ਫਸਦੇ ਆ ਫਿਰ ਜਾਂ ਫਸਦੇ ਵੀ ਜਾਣ ਕੇ ਆ ਤੇ ਫਿਰ ਬਾਅਦ 'ਚ ਉਹੀ ਬੈਂ ਬੈਂ ਬਾਂ ਬਾਂ ਜਿੱਦਾਂ ਕੱਟਾ ਰਿੰਗਦਾ ਹੁੰਦਾ ਪਿੰਡ ਉਹ ਉੱਦਾਂ ਰਿੰਗੀ ਜਾਂਦੇ ਆ ਤੇ ਜੇ ਤੁਸੀਂ ਭਾਜੀ ਦੀ ਗੱਲ ਮੰਨ ਲਿਆ ਕਰੋ ਤਾਂ ਉਹਦੇ ਵਿੱਚ ਬੈਟਰ ਰਹੋਗੇ ਤੁਸੀਂ ਤੁਹਾਡੇ ਫਾਇਦੇ ਮੇਰਾ ਤਾਂ ਫਾਇਦਾ ਕੋਈ ਨਹੀਂ ਹੋ ਰਿਹਾ ਚਲੋ ਜੀ ਹੁਣ ਅਸੀਂ ਅਗਲੇ ਕਾਲ ਵੱਲ ਦੇਖਦੇ ਕੌਣ ਆ ਲਾਈਨ ਤੇ ਹੈਲੋ ਦੋ ਮਹੀਨਿਆਂ ਬਾਅਦ ਆ ਜਾਂਦੀ ਮੇਰਾ ਵੀਰ ਕੰਮ ਦੀ ਪਰਮਿਸ਼ਨ ਪਰ ਭਾਜੀ ਮੈਨੂੰ ਤਾਂ 3 ਮਹੀਨੇ ਨਹੀਂ ਲੱਗੇ ਇਹ ਡਿਪੈਂਡ ਕਰਦਾ ਨਾ ਕਿ ਕਿਹੜਾ ਕੇਸ ਲਾਇਆ ਤੇਰੇ ਵਕੀਲ ਨੇ ਭਾਜੀ ਕੇਸ ਤੇ ਇਹੀ ਯੂਰੋਪੀਅਨ ਲਾਅ ਦੇ ਤੇ ਰਹੇ ਲਾਇਆ ਸੀ ਮੈਂ ਜਦੋਂ ਗੱਲ ਕੀਤੀ ਮੈਂ ਤੁਹਾਡਾ ਪਹਿਲਾਂ ਪ੍ਰੋਗਰਾਮ ਦੇਖਦਾ ਸੀ ਐਫ ਐਲ ਆਰ ਓ ਜਾਂ ਯੂਰੋਪੀਅਨ ਥੱਲੇ ਹਾਂਜੀ ਯੂਰੋਪੀਅਨ ਲਾਅ ਥੱਲੇ ਲਾਇਆ ਫਿਰ ਤੁਹਾਨੂੰ ਮਿਲ ਜਾਣੀ ਚਾਹੀਦੀ ਕੰਮ ਦੀ ਪਰਮਿਸ਼ਨ ਤੇ ਪਰ ਇਹ ਟਾਈਮ ਲੱਗ ਗਿਆ ਇਹਦਾ ਕੀ ਰੀਜ਼ਨ ਹੋ ਸਕਦਾ ਭਾਜੀ ਇਹ ਤਾਂ ਹੁਣ ਆਪਣੇ ਵਕੀਲ ਨੂੰ ਪੁੱਛੇ ਮੇਰਾ ਵੀਰ ਹਾਂਜੀ ਹਾਂ ਇਹ ਤਾਂ ਹੁਣ ਉਹਨੂੰ ਪਤਾ ਹੁਣ ਕੇਸ ਲਾਇਆ ਉਹਨੂੰ ਪਤਾ ਕਿ ਟਾਈਮ ਲਾਇਆ ਕੀ ਨਹੀਂ ਕੀ ਪਤਾ ਲੇਟ ਘੱਲਿਆ ਜਾਂ ਕੀ ਹੋ ਗਿਆ ਜਾਂ ਕੀ ਪਤਾ ਹੁਣ ਸਹੀ ਵੀ ਲਾਇਆ ਜਾਂ ਨਹੀਂ ਇਹ ਤਾਂ ਹੁਣ ਉਹੀ ਦੱਸੇਗਾ ਹੈ ਨਾ ਓਕੇ ਵੀਰੇ ਓਕੇ ਥੈਂਕ ਯੂ ਹਾਂਜੀ ਇਹਦੇ ਵਿੱਚ ਹੁਣ ਮੈਨੂੰ ਹੁਣ ਕੀ ਪਤਾ ਕਿ ਕੱਲ੍ਹ ਹੀ ਲਾਇਆ ਕੀ ਨਹੀਂ ਮੈਂ ਤਾਂ ਜੋ ਅਸੀਂ ਕਰ ਰਹੇ ਹਾਂ ਤੁਹਾਨੂੰ ਦੱਸ ਸਕਦਾ ਹਾਂ
ਜੇ ਹੋਰ ਕੋਈ ਵਕੀਲ ਕਰ ਰਿਹਾ ਉਹ ਤੋਂ ਹੁਣ ਮੈਂ ਨਹੀਂ ਦੱਸ ਸਕਦਾ ਕਿ ਉਹ ਸਹੀ ਕਰ ਰਿਹਾ ਜਾਂ ਗਲਤ ਕਰ ਰਿਹਾ। ਬਾਕੀ ਜੇ ਤੁਹਾਡੇ ਕੋਲ ਵਕੀਲ ਹੈਗੇ ਆ ਤਾਂ ਤੁਸੀਂ ਉਹਨਾਂ ਨੂੰ ਜਾ ਕੇ ਪੁੱਛੋ, ਕਿਉਂਕਿ ਸਿੱਧੀ ਜਿਹੀ ਗੱਲ ਹੈ, ਯੂ ਫਾਈਡ ਹਿਮ ਟੂ ਡੂ ਅ ਜੋਬ ਫੋਰ ਯੂ, ਰਾਈਟ? ਸੋ ਯੂ ਸ਼ੁੱਡ ਬੀ ਗੋਇੰਗ ਐਂਡ ਆਸਕਿੰਗ ਹਿਮ, ਦਿਸ ਮੇਕ ਸੈਂਸ, ਯੂ ਨੋ ਵਾਈ। ਚਲੋ ਜੀ, ਹੁਣ ਅਸੀਂ ਬਰਥਡੇ ਕੁਛ ਕਹਿ ਦਈਏ। ਇੱਕ ਤਾਂ ਸਿਧਾਰਥ ਕੂਨਰ ਦਾ ਸੈਕਿੰਡ ਬਰਥਡੇ ਆ, ਤਾਂ ਉਹਨੂੰ ਹੈਪੀ ਬਰਥਡੇ ਫਰੋਮ ਮੀ, ਮੇਰੇ ਵੱਲੋਂ। ਅਰਨ ਦਾ ਥਰਡ ਬਰਥਡੇ ਆ, ਹੈਪੀ ਬਰਥਡੇ ਟੂ ਹਿਮ ਫਰੋਮ ਮਨਜੀਤ ਸਿੰਘ ਰੈਨੂ ਐਂਡ ਦਲਜੀਤ ਸਿੰਘ ਗੁਣਾਚੋਰੀਆ ਐਂਡ ਮੀ। ਇੱਕ ਹੈਪੀ ਬਰਥਡੇ ਕਹਿ ਦਈਏ ਸੰਦੀਪ ਕਟੋਰਾ ਨੂੰ ਫਰੋਮ ਡੀ ਜੇ ਸਟਿਨ ਐਂਡ ਫਰੋਮ ਮੀ ਐਂਡ ਆਪਣਾ ਐਮ ਆਈ ਟੀ ਵੀ। ਇੱਕ ਨਵੀਂ ਦਾ ਫਿਫਥ ਬਰਥਡੇ ਆ, ਸੋ ਹੈਪੀ ਬਰਥਡੇ ਟੂ ਯੂ ਫਰੋਮ ਹਰ ਬੀਬੀ ਐਂਡ ਫਰੋਮ ਮੀ ਐਂਡ ਆਪਣਾ ਐਮ ਆਈ ਟੀ ਵੀ। ਹੈਪੀ 20th ਬਰਥਡੇ ਟੂ ਹਰਦੀਪ ਔਲਖ, so happy birthday to you from me. Jaspal Bazran, happy 18th birthday, happy birthday to you from me. Sada Amrinder Singh, king of the YouTube links, mera Facebook friend, ek vari kehnda add to karo thoda and page YouTube na par dunga main, ta kakh vani compared to him. Me on a drunk night is nothing compared to him when he's sober, let alone you know, and fatte jagan da happy birthday to you Amrinder. Bobo, happy birthday. Congratulations to Daljeet Chima, who's getting married on the 2nd of March in India. ਸੋ ਤੁਹਾਨੂੰ ਬਹੁਤ ਬਹੁਤ ਵਧਾਈਆਂ। ਹੈਪੀ 22nd ਐਨੀਵਰਸਰੀ, ਸੁਰਿੰਦਰ ਦਾ ਟਵੀਟ ਕਹਿੰਦਾ ਹੈਪੀ 22nd ਐਨੀਵਰਸਰੀ। ਰੇਖਾ ਨੂੰ ਕਹਿ ਦਿਓ, ਮੇਰੀ ਵਾਈਫ ਨੂੰ ਕਮੈਂਟਰੀ, ਤੈਨੂੰ ਵੀ ਕਹਿੰਦੇ ਹਾਂ ਕਿ ਐਨੀਵਰਸਰੀ ਦੋਵਾਂ ਦੀ ਹੁੰਦੀ ਆ, ਦੋਨੋਂ ਆਏ ਤਾਂ ਹੀ ਐਨੀਵਰਸਰੀ ਹੋਈ ਆ, ਤਾਂ ਇਕੱਲੀ ਦੀ ਤਾਂ ਹੈ ਨਹੀਂ ਕਿ ਐਨੀਵਰਸਰੀ ਇਕੱਲੀ ਹੀ ਮਨਾ ਲਊਗੀ ਰੇਖਾ ਜੀ। ਸੋ ਹੈਪੀ ਬਰਥਡੇ ਟੂ ਸੁਰਿੰਦਰ ਐਂਡ ਰੇਖਾ ਫਰੋਮ ਕਮੈਂਟਰੀ। ਬਿਗ ਸਤਿ ਸ਼੍ਰੀ ਅਕਾਲ ਟੂ ਮਾਈ ਵੀ ਰਵੀ ਬਲ, ਦ ਪ੍ਰੋਡਿਊਸਰ, ਜੋ ਕਿ ਪ੍ਰੋਗਰਾਮ ਦੇਖ ਰਹੇ ਹਾਂ, ਉਹਨਾਂ ਨੂੰ ਵੀ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਇੱਕ ਦੋ ਮੈਸੇਜਸ ਹੋਰ ਆਏ ਜਿਹੜੇ ਪਿਛਲੇ ਹਫ਼ਤੇ ਰਹਿ ਗਏ ਸੀਗੇ। ਓਕੇ, ਇੱਕ ਮੈਸੇਜ ਆਇਆ ਗਵੀ ਜੋਲ ਤੋਂ, ਤਾਂ ਕਹਿੰਦਾ ਜੀ ਮੇਰੇ ਡੈਡੀ ਦਾ 50th ਬਰਥਡੇ ਆ ਅੱਜ, ਐਂਡ ਮੇਰੀ ਮੰਮੀ ਦਾ 50th ਬਰਥਡੇ ਸੀਗਾ 14 January ਨੂੰ। ਸੋ ਜੋਲ ਫੈਮਿਲੀ ਵੱਲੋਂ ਉਹਨਾਂ ਨੂੰ ਹੈਪੀ ਬਰਥਡੇ, ਅਤੇ ਅੱਜ ਮਨਾਉਣਾ, ਸੋ ਹੈਪੀ ਬਰਥਡੇ ਦੋਨਾਂ ਨੂੰ ਮੇਰੇ ਵੱਲੋਂ। Let's see what else I've got. ਇੱਕ ਬਲਵਿੰਦਰ ਸਿੰਘ ਦਾ ਮੈਸੇਜ ਆ ਕਿ ਮੇਰੇ ਸਨ ਡਿਲਨ ਨੂੰ ਹੈਲੋ ਕਿਹਾ, ਸਰ ਹੈਲੋ ਟੂ ਡਿਲਨ। ਗੁਰਪ੍ਰੀਤ ਆਸੀ ਦਾ ਮੈਸੇਜ ਆਇਆ ਸੀ, ਮੇਰੀ ਮੰਮੀ ਦਾ 50th ਬਰਥਡੇ ਆ, ਗੁਰਪ੍ਰੀਤ, ਪਿੰਕੀ, ਦਵਿੰਦਰ, ਅਮੈਂਡਾ, ਬਲਵੀਰ ਆਸੀ ਵੱਲੋਂ, ਸੋ ਤੁਹਾਨੂੰ ਹੈਪੀ ਬਰਥਡੇ। ਮੰਮੀ ਉਹਨਾਂ ਦਾ ਨਾਂ ਨੂੰ ਵੀ ਲਿਖ ਦਿਆ ਕਰੋ ਸਰ। ਚਲੋ ਹੁਣ ਕੀ ਕਰੀਏ, ਮੁੱਖਣਾ ਸਹੀ। ਇੱਕ ਐਮੀ ਦਾ ਮੈਸੇਜ ਆਇਆ, ਹਾਏ ਭਾਜੀ, ਕੈਨ ਯੂ ਡੂ ਅ ਸ਼ੇਅਰ ਐਪ ਫਰ ਮੀ ਟੂ ਸੇ ਮਾਈ ਹਸਬੈਂਡ ਦੈਟ ਆਈ ਲਵ ਹਿਮ ਲੌਟਸ। ਮੈਨੂੰ ਮੇਰੇ ਮੂੰਹੋਂ ਲਵ ਲਵ ਨਾ ਕਹੋ, ਤੁਸੀਂ ਆਪ ਹੀ ਕਹਿ ਲਿਆ ਕਰੋ ਜੋ ਉਹਨਾਂ ਨੂੰ ਕਹਿਣਾ, ਇੱਕ ਦੂਜੇ ਨੂੰ ਲਵ ਯੂ ਕਰਨਾ। ਹੁਣ ਭਾਜੀ ਇਸ ਉਮਰ 'ਚ ਲਵ ਯੂ ਕਰਦਾ ਠੀਕ ਲੱਗਦਾ, ਅਤੇ ਫਿਰ ਤੁਸੀਂ ਕਹਿਣਾ ਭਾਜੀ ਯਾਰ ਤੇਰਾ ਡਿਵੋਰਸ ਹੋ ਗਿਆ, ਮੇਰਾ ਕਰਾਉਂਗੇ ਤੁਸੀਂ ਇਸ ਪਾ। ਕਹਿੰਦੇ ਟੈਲ ਆਈ ਵਾਂਟ ਟੂ ਬੀ ਸੇਫ ਇਨ ਦ ਸਨੋ ਐਂਡ ਲਵਿੰਗ ਯੋਰ ਪ੍ਰੋਗਰਾਮ। ਸੋ ਆ ਸਕੇ ਮੈਸੇਜ, I did have a message from Ranjit Sidhu, but can't seem to get it. But if she can send me the message back, so I'll just send you a page and I'll read it out before the end of the show. Hor kede message rahe, ek thode ya bad khabar ya, oh main thonu dass dewa, afsos kar liye, ke ji Taz Rayat walon message aaya ke ohna de relative poore ho gaye. So we're very sorry to hear that, and my condolences to the Wright family. Right, filhal ta, that's it for messages and everything, I think. Remember, end of the show to pehla 10 minute pehla we're going to show you a couple of videos. Tonu ek do video dikhauniyan jo panorama te hoya, jo is hafte saadi punjabiyan di balle balle hoyi aa pure UK te Europe vich, tonu zarur dikhawanga, ਅਤੇ ਬਾਕੀ ਤੁਹਾਨੂੰ ਮੈਂ ਇੱਦਾਂ ਦੇ ਵਿਅਕਤੀ ਦਿਖਾਵਾਂਗਾ ਜੋ ਕਿ ਸਾਡੇ ਕਮਿਊਨਿਟੀ ਦਾ ਨਾਂ ਰੋਸ਼ਨ ਕਰ ਰਹੇ ਆ, ਅਤੇ ਖਾਸ ਤੌਰ 'ਤੇ ਸਾਡੀ ਫੌਜੀਆਂ ਨੇ ਬਹੁਤ ਇੱਜ਼ਤ ਕਮਾਈ ਹੈ ਇਸ ਹਫ਼ਤੇ, ਉਹ ਮੈਂ ਤੁਹਾਨੂੰ ਵੀਡੀਓ ਦਿਖਾਵਾਂਗਾ, ਤੁਸੀਂ ਦੇਖਿਓ ਤਾਂ ਤੁਹਾਨੂੰ ਆਪ ਹੀ ਬਹੁਤ ਫਖਰ ਹੋਊਗਾ। ਤੁਹਾਨੂੰ ਤਾਂ ਪੰਜਾਬ ਸਨਮਾਨ ਅਵਾਰਡ ਮੈਂ ਦਿਊਂਗਾ ਅੱਜ ਜੋ ਹੈਗਾ ਕੁਛ ਵਿਅਕਤੀਆਂ ਨੂੰ। ਬਟ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ, ਮੈਂ ਤੁਹਾਨੂੰ ਪ੍ਰੋਮਿਸ ਵੀ ਕੀਤੀ ਸੀ, ਜਿਹੜਾ ਬੰਦਾ ਗਲਤ ਕਰੂਗਾ ਨਾ ਉਹਨਾਂ ਦੀ ਫੋਟੋ ਅਸੀਂ ਜ਼ਰੂਰ ਦਿਖਾਵਾਂਗੇ ਕਮਿਊਨਿਟੀ 'ਚ, ਉਹਨਾਂ ਨੂੰ ਬਦਨਾਮ ਕਰਾਂਗੇ, ਤਾਂ ਕਿ ਬਾਕੀ ਲੋਕਾਂ ਨੂੰ ਵੀ ਪਤਾ ਲੱਗੇ ਕਿ ਗਲਤ ਬੰਦੇ ਜੋ ਕਰਦੇ ਆ, ਹੈ ਕੌਣ, ਕਿੱਥੇ ਆ ਇਹ, ਅਤੇ ਸਾਡੇ ਐਗਜੈਕਟਲੀ ਕੀ ਕੰਮ ਕਰਦੇ ਆ। ਇਹ ਚੁੱਪ ਚੁਪੀਤੇ ਕੰਮ ਨਹੀਂ ਹੋਣੇ, ਹੁਣ ਫਰੋਡ, ਇਹ ਹੇਰਾ ਫੇਰੀਆਂ, ਇਹ ਜੋ 2 ਨੰਬਰ ਦੇ ਕੰਮ, ਇਹ ਚੁੱਪ ਚੁਪੀਤੇ ਨਹੀਂ ਹੋਣੇ। ਜੇ ਤੁਸੀਂ ਗਲਤ ਕੰਮ ਕਰੋਗੇ ਤਾਂ ਤੁਹਾਡੀ ਇੱਜ਼ਤ ਦੇ ਬਿਲਕੁਲ ਪਹਿਲਾਂ ਤਾਂ ਇੱਜ਼ਤ ਵਾਲੇ ਤੁਸੀਂ ਹੈ ਨਹੀਂ, ਕਿਉਂਕਿ ਗਲਤ ਕੰਮ ਜਿਹੜਾ ਬੰਦਾ ਕਰਦਾ ਉਹ ਆਪਣੀ ਇੱਜ਼ਤ ਨੂੰ ਇੱਕ ਪਾਸੇ ਰੱਖ ਕੇ ਫਿਰ ਗਲਤ ਕੰਮ ਕਰਦਾ।
ਪਰ ਤੁਹਾਡੀ ਮਿੱਟੀ ਜ਼ਰੂਰ ਪੱਟ ਹੋਊ ਇੱਥੇ ਟੀ ਵੀ 'ਤੇ ਸਾਰੀ ਦੁਨੀਆ ਨੂੰ ਇੱਥੇ ਤਾਂ ਛੱਡੋ ਯੂ ਕੇ ਔਰ ਤੁਹਾਡੀ ਪਿੰਡ ਵੀ ਫੋਟੋ ਲੱਗੇਗੀ ਅਜੀਤ ਅਖਬਾਰ 'ਚ ਉਹ ਵੀ ਮੈਂ ਆਪਣੇ ਵੱਲੋਂ ਤੁਹਾਨੂੰ ਦੱਸ ਦਿੰਦਾ ਕਿ ਸਰ ਜੋ ਬੰਦਾ ਗਲਤ ਕਰੇਗਾ ਉਹਦੀ ਫੋਟੋ ਜ਼ਰੂਰ ਮੈਂ ਲਊਂਗਾ ਪਿੰਡ ਤੱਕ ਖਬਰ ਪਹੁੰਚੂਗੀ ਤਾਂ ਕਿ ਤੁਹਾਨੂੰ ਮੂੰਹ ਦੇਣ ਨੂੰ ਕਿਤੇ ਜਗ੍ਹਾ ਨਾ ਬਚੇ ਤਾਂ ਕਿ ਬੰਦੇ ਨੂੰ ਪਤਾ ਹੋਣਾ ਚਾਹੀਦਾ ਕਿ ਆਹ ਬੰਦਾ ਗਲਤ ਹੈ ਤੋਂ ਬਚੋ ਸੋ ਉਹ ਤਾਂ ਇਹ ਵੀ ਇੱਕ ਕਿਸਮ ਦਾ ਸੇਵਾ ਅਸੀਂ ਕਰ ਰਹੇ ਹਾਂ ਚਲੋ ਹੁਣ ਅਸੀਂ ਅਗਲੇ ਕਾਲ ਵੱਲ ਜਾਂਦੇ ਹਾਂ ਸੀਰੀਜ਼ ਔਨ ਦ ਲਾਈਨ ਹੈਲੋ ਸਤਿ ਸ਼੍ਰੀ ਅਕਾਲ ਜੀ ਭਾਜੀ ਇੱਦਾਂ ਸੀ ਮੈਂ 2011 ਚ ਅਪ੍ਰੈਲ ਚ ਮੈਂ ਮੈਰਿਜ ਕੀਤੀ ਸੀ ਜੋ ਤੇ ਕੁੜੀਆਂ ਲਾਤੀਆਂ ਹਾਂ ਤੇ ਮੈਂ ਇੱਕ ਮੈਰਿਜ ਕੀਤੀ ਸੀ ਆਪਣੇ ਸਕੋਟਲੈਂਡ ਐਡਮ ਰੋਡ ਹਾਂ ਤੇ ਮੈਂ ਮੈਰਿਜ ਕੇਸ ਪਾਇਆ ਸੀ ਆਪਣਾ ਤੇ ਇਹਨੇ ਰਿਫਿਊਜ਼ ਕਰਤਾ ਮੇਰੇ ਹੋਮਵਰਕਸ ਨੇ ਹਾਂ ਜੋ ਮੇਰੀ ਵਾਈਫ ਪੂਰਾ ਪ੍ਰੋਪਰ ਕੰਮ ਕਰਦੀ ਨਾ 5 ਸਾਲ ਤੋਂ ਹਾਂ ਤੇ ਉਹਨੇ ਵੀ ਦਿੱਤੀ ਆ ਪੀ ਹਾਈ ਕੋਰਟ ਦੀ ਰਿਫਿਊਜ਼ ਕਰਤਾ ਨੂੰ ਹਾਂਜੀ ਕਹਿੰਦੇ ਤੇ ਡਾਕੂਮੈਂਟ ਆਪਣੇ ਮੈਂ ਹਰ ਚੀਜ਼ ਨਾਲ ਭੇਜੀ ਨਾ ਡਾਕੂਮੈਂਟ ਸਾਰੇ ਪੂਰੇ ਭੇਜੇ ਤੇ ਨਾਲ ਮੈਂ ਨਹੀਂ ਤੂੰ ਤਾਂ ਨਾਰਮਲ ਵੀਜ਼ੇ ਲਈ ਅਪਲਾਈ ਕੀਤਾ ਸੀ ਨਾ ਹਾਂਜੀ ਓਕੇ ਫਿਰ ਤੁਸੀਂ ਦੁਬਾਰਾ ਕੇਸ ਲਾ ਕਿਉਂ ਤੇਰਾ ਨਾ ਕਿਉਂ ਕੀਤੀ ਨਾ ਤਾਂ ਕਰਦੇ ਨਹੀਂ ਹੁੰਦੇ ਉਹ ਕਹਿੰਦੇ ਤੇ ਡਾਕੂਮੈਂਟ ਪੂਰੇ ਨਾਪਣੀ ਆ ਮੈਂ ਹਰ ਚੀਜ਼ ਨਾਲ ਭੇਜੀ ਆ ਫਿਰ ਤੂੰ ਦੁਬਾਰਾ ਲਾ ਕੇਸ ਹਾਂਜੀ ਦੁਬਾਰਾ ਲਾ ਤੇ ਉਹਨੇ ਆਪਣਾ ਦਿੱਤਾ ਨਾ ਜਾਂ ਆਰਡਰ ਦਿੱਤਾ ਆ ਅਪੀਲ ਦਾ ਡਸਨਟ ਮੈਟਰ ਤੂੰ ਦੁਬਾਰਾ ਲਾ ਦੇ ਕੇਸ ਦੁਬਾਰਾ ਲਾਉਣਾ ਚਾਹੀਦਾ ਹਾਂ ਅਪੀਲਾਂ 'ਚ ਕਿਉਂ ਫਸਣ ਰਿਹਾ ਤੂੰ ਜੇ ਤੇਰੇ ਕੋਲ ਹੁਣ ਕਾਗਜ਼ ਹੈਗੇ ਸਾਰੇ ਹਾਂਜੀ ਫਿਰ ਤੂੰ ਦੁਬਾਰਾ ਕੇਸ ਲਾ ਤੇ ਹੁਣ ਮੈਂ ਅਪੀਲ ਕੀਤੀ ਆ ਉਹਨੇ ਲੈਟਰ ਮੈਨੂੰ ਹੋਮ ਆਫਿਸ ਨੇ ਉਹ ਮਾਰ ਦਿੱਤੀ ਆ ਮਾਰ ਦੀ ਡੇਟ ਇਹ ਤੈਨੂੰ ਅਪੀਲ ਕਰਨ ਦੀ ਕੀ ਲੋੜ ਸੀ ਤੂੰ ਚੁੱਪ ਕਰਕੇ ਦੁਬਾਰਾ ਲਾ ਦਿੰਦਾ ਮੈਨੂੰ ਪਤਾ ਨਹੀਂ ਸਾਰੇ ਬਾਰੇ ਤੇ ਫਿਰ ਤੇਰੇ ਵਕੀਲ ਨੂੰ ਦੱਸਣਾ ਚਾਹੀਦਾ ਸੀ ਨਾ ਹਾਂਜੀ ਉਹ ਕਹਿੰਦੇ ਅਪੀਲ ਕਰਨੀ ਪੈਣੀ ਚਲੋ ਉਹ ਫਿਰ ਹੁਣ ਆਪਣੀ ਜਗ੍ਹਾ ਆਪ ਸੋਚਦਾ ਆ ਮੈਂ ਤਾਂ ਦੁਬਾਰਾ ਲਾ ਦਿੰਦਾ ਹੁਣ ਬਚਾਕ ਆ ਜਾਂਦਾ ਹੁੰਦਾ ਵੀਗਾ ਤੇ ਅਪੀਲ ਹੈ ਚਾਂਸ ਪਈ ਕੁਛ ਇਹ ਤਾਂ ਡਿਪੈਂਡ ਕਰਦਾ ਕਿ ਉਹਨਾਂ ਨੇ ਰਿਫਿਊਜ਼ਲ ਹੁਣ ਕੀ ਕੀਤੀ ਆ ਤੇ ਜੱਜ ਕੀ ਕਹਿੰਦਾ ਇਹਨਾਂ ਬੈਟਰ ਤੈਨੂੰ ਦੁਬਾਰਾ ਲਾਉਣਾ ਚਾਹੀਦਾ ਸੀ ਮੇਰਾ ਵੀ ਹਾਂ ਚਲੋ ਕੋਈ ਗੱਲ ਨਹੀਂ ਤੂੰ ਜਾਣਾ ਚਾਹੀਦਾ ਵਕੀਲ ਜਾਣੇ ਓਕੇ ਵੀਰ ਓਕੇ ਥੈਂਕ ਯੂ ਵੈਰੀ ਮੱਚ ਚਲੋ ਜੀ ਜੇ ਰਿਫਿਊਜ਼ ਕਰ ਦਿੰਦੇ ਆ ਯੂਰੋਪੀਅਨ ਕੇਸਾਂ ਵਿੱਚ ਤੁਸੀਂ ਦੁਬਾਰਾ ਲਾ ਸਕਦੇ ਆ ਇਸ ਨਾ ਇਹਦੇ ਵਿੱਚ ਲਿਮਿਟ ਤਾਂ ਹੁੰਦੀ ਨਹੀਂ ਕਿ ਤੁਸੀਂ ਕਿੰਨੀ ਵਾਰੀ ਅਪਲਾਈ ਕਰ ਸਕਦੇ ਕਿੰਨੀ ਵਾਰੀ ਨਹੀਂ ਸੋ ਇਹ ਤੁਹਾਨੂੰ ਦੁਬਾਰਾ ਲਾਉਣਾ ਚਾਹੀਦਾ ਤੁਹਾਡੇ ਵਕੀਲਾਂ ਨੂੰ ਦੱਸਣਾ ਚਾਹੀਦਾ ਤੁਹਾਨੂੰ ਸ਼ਿਠਲ ਜੀ ਦੀ ਸਿੰਘ ਚਲੋ ਫਿਲਹਾਲ ਮੈਂ ਆਪਣਾ ਕੇਸ ਦੁਬਾਰਾ ਲਾਉਣਾ ਇੱਥੇ ਫਿਰ ਬਾਅਦ 'ਚ ਫਿਰ ਤੁਹਾਨੂੰ ਐਨ ਪਟਾਕੇ ਪਾਉਣੇ ਆ ਫਿਰ ਸਾਰਿਆਂ ਨੂੰ ਇੱਕ ਵਾਰੀ ਵੈਲਕਮ ਸਤਿ ਸ਼੍ਰੀ ਅਕਾਲ ਜੀ ਐਂਡ ਪ੍ਰੋਗਰਾਮ ਹਾਂਜੀ ਅਨਾਊਂਸਮੈਂਟਸ ਕਰੀਏ ਜਿਨ੍ਹਾਂ ਦਾ ਮੈਂ ਤੁਹਾਨੂੰ ਟੈਜ਼ ਰਾਇਟ ਵੱਲੋਂ ਮੈਸੇਜ ਕਿਹਾ ਸੀ ਉਹਨਾਂ ਦੀ ਮੰਮੀ ਐਕਚੁਲੀ ਪਾਸਡ ਅਵੇ ਔਨ ਅ 10th ਆਫ ਜਨਵਰੀ ਤਾਂ ਸੇਮ ਕੋਲ ਰਾਇਟ ਉਹਨਾਂ ਦਾ ਮੈਸੇਜ ਆਇਆ ਭਾਅ ਜੀ ਉਹ ਤੁਹਾਡਾ ਸ਼ੋਅ ਬਹੁਤ ਦੇਖਦੇ ਸੀ ਕਿ ਸਾਰਿਆਂ ਨੂੰ ਤੁਸੀਂ ਇਨਫੋਰਮ ਕਰਦੇ ਹੋ ਕਿ ਉਹਨਾਂ ਦਾ ਦੇਹਾਂਤ ਹੋ ਗਿਆ ਪੀਪਲ ਨਿਊ ਫਰੋਮ ਕਾਰਡਿਫ ਐਂਡ ਦ ਮਿਡਲੈਂਡਸ ਸੋ ਵੈਰੀ ਸੋਰੀ ਟੂ ਹੀਅਰ ਦੈਟ ਟੈਜ਼ ਐਂਡ ਆਰ ਥੋਟਸ ਆਰ ਵਿਦ ਯੂ ਐਂਡ ਇਟਸ ਅ ਵੈਰੀ ਸੋ ਹਾਰਡ ਟਾਈਮ ਯੂ ਨੋ ਐਵਰੀਵਨਸ ਗੋਟ ਟੂ ਗੋ ਥਰੂ ਇਟ ਐਂਡ ਟੂ ਆਲ ਆਈ ਕੈਨ ਸੇ ਇਜ਼ ਆਰ ਥੋਟਸ ਆਰ ਵਿਦ ਯੂ ਇੱਕ ਅਰਨਦੀਪ ਲਈ ਮੈਸੇਜ ਆਇਆ ਫਰੋਮ ਦ ਟਿੰਗਰਾ ਫੈਮਿਲੀ ਐਂਡ ਸਨੀ ਰਵਲ ਕਹਿੰਦੇ ਕਿ ਜੀ ਉਹਨੂੰ ਇਹੀ ਕਹੋ ਕਹਿੰਦੇ ਨੋ ਬਰਥਡੇ ਨੋ ਸਪੈਸ਼ਲ ਓਕੇਜ਼ਨ ਬਸ ਉਹਨੂੰ ਹੈਲੋ ਹਾਈ ਕਹਿ ਦਿਓ ਤਾਂ ਉਹਨੂੰ ਸਾਡੇ ਬਲੈਸਿੰਗ ਦਿਓ ਕਿ ਉਹ ਤਰੱਕੀ ਕਰੇ ਸੋ ਕੋਰਸ ਐਂਡ ਮਾਈ ਬਲੈਸਿੰਗਸ ਐਜ਼ ਵੈਲ ਸ਼ਾਰਨ ਸਿੱਧੂ ਸ਼ੋਅ ਦੇਖ ਰਹੀ ਆ ਤਾਂ ਕਹਿੰਦੀ ਭਾਅ ਜੀ ਮੇਰਾ ਜ਼ਰੂਰ ਮੈਨਸ਼ਨ ਕਰ ਦੇਣਾ ਸੋ ਜ਼ਰੂਰ ਕਹਿੰਦੀ ਆ ਮਿਸ ਮਾਈ ਫੈਮਿਲੀ ਬੈਕ ਹੋਮ ਅਤੇ ਚਲੋ ਸ਼ਾਰਨ ਉਹ ਬੰਦਾ ਇਮੀਗ੍ਰੈਂਟ ਹੁੰਦਾ ਐਂਡ ਓਬਵੀਅਸਲੀ ਯੂ ਗੋਟ ਅ ਮਿਸ ਸਮਥਿੰਗ ਬਟ ਆਈ ਐਮ ਹੋਪਫੁਲੀ ਯੂ ਵਿਲ ਸੀ ਦਮ ਸੂਨ ਇੱਕ ਰਣਜੀਤ ਸਿੱਧੂ ਵੱਲੋਂ ਮੈਸੇਜ ਲੱਭ ਰਿਹਾ ਸੇ ਹੈਲੋ ਟੂ ਮਾਈ ਗਰਲਸ ਰੀਤ ਐਂਡ ਅਵਨੀ ਜੋ ਕਿ ਤੁਸੀਂ ਦੇਖਿਆ ਸਰ ਹੈਲੋ ਰੀਤ ਐਂਡ ਅਵਨੀ ਐਂਡ ਹੈਲੋ ਫਰੋਮ ਮੀ ਮਤਲਬ ਆਪ ਅੰਕਲ ਹੀ ਹੋ ਗਿਆ ਹੁਣ ਮੈਂ ਤਾਂ ਆਮ ਅੰਕਲ ਨਾ ਨੋਟ ਅਫਰੇਡ ਟੂ ਐਡਮਿਟ ਇਟ ਐਨੀਮੋਰ ਸੋ ਆਈ ਕੈਨ ਹੈਂਡਲ ਇਟ ਨਾਓ ਬਟ ਅੰਕਲ ਉਹਨਾਂ ਲਈ ਆ ਜੋ ਕਿ ਲਾਈਕ 21 ਐਂਡ ਯੰਗ ਆ ਉਹ ਨੋਟ ਇਵਨ ਦੈਟ ਮੈਂ 37 ਸੋ ਇਫ ਆਮ ਟੈਕਨੀਕਲੀ ਐਨ ਅੰਕਲ ਆਈਡ ਲਾਈਕ ਟੂ ਥਿੰਕ ਔਰ ਐਟ ਲੀਸਟ 18 ਇਅਰਸ ਗੈਪ ਮੇਰਾ ਫਾਰਮੂਲਾ ਆ ਇਫ ਯੂ ਵਾਂਟ ਟੂ ਬੀ ਕਾਲਡ ਅੰਕਲ ਯੂ ਕਾਲ ਸਮਵਨ ਅੰਕਲ ਦੇ ਸ਼ੁੱਡ ਬੀ 18 ਇਅਰਸ ਓਲਡਰ ਦੈਨ ਯੂ ਸੋ ਪੀਪਲ ਹੂ ਆਰ ਲਾਈਕ 20 ਦੇ ਕੈਨ 21 ਦੇ ਕੈਨ ਕਾਲ ਮੀ ਅੰਕਲ 21 ਐਂਡ ਲੋ ਬਟ ਐਨੀਵਨ ਇਜ਼ ਲਾਈਕ ਅਬਾਊਟ ਜੇ ਤੁਸੀਂ 45 ਸਾਲਾਂ ਦੀ ਹੋ ਕੇ ਮੈਨੂੰ ਅੰਕਲ ਹੀ ਸੱਦੀ ਜਾਣਾ ਵਿਲੀ ਆਉਣ ਆਈ ਮੀਨ ਆਈ ਡੋਂਟ ਹੁਣ ਮੈਂ ਤੁਹਾਨੂੰ ਕੀ ਦੱਸਾਂ ਕਦੇ ਕਦੇ ਨਾ ਕੋਈ 65 ਸਾਲ ਵਾਲੀ 70 ਵਾਲੀ ਨਹੀਂ ਹਰਜਾਬ ਭਾਅ ਜੀ ਮੈਨੂੰ ਦੱਸ ਮੈਂ ਮੋਹਰਿਓ ਪਹਿਲਾਂ ਤਾਂ ਮੈਂ ਜੇ ਮੈਂ ਉਹਨੂੰ ਆਂਟੀ ਸੱਦਾ ਤਾਂ ਗੁੱਸੇ ਕਰਦੀ ਆ ਹੁਣ ਮੈਂ ਉਹਨੂੰ ਹੁਣ ਮੈਂ ਕੀ ਸੱਦਾਂ ਮੈਂ ਕਿਹਾ ਹਾਂਜੀ ਭੈਣ ਜੀ ਮੈਂ ਵੀ ਭੈਣ ਜੀ ਕਹਿ ਦਿੰਦਾ ਹੁੰਦਾ ਮੋਹਰੇ ਅਤੇ ਹਾਂਜੀ ਕੋਈ ਗੱਲ ਨਹੀਂ ਮੇਰੇ ਲਈ ਤਾਂ ਹੁਣ ਸਾਰੀਆਂ ਭਾਵੇਂ ਤੁਸੀਂ 70 ਦੀ ਹੋ ਕੋਈ ਗੱਲ ਨਹੀਂ ਅਤੇ ਇੱਕ ਵਾਰੀ ਮੈਨੂੰ ਕੋਈ ਮੈਂ ਤਾਂ ਹੁਣ ਕੀ ਕਹਿ ਸਕਦਾ ਭੈਣ ਜੀ ਟਾਈਪ ਹੀ ਕਹਾਂਗਾ ਜਾਂ ਆਂਟੀ ਟਾਈਪ ਉਹ ਮੈਨੂੰ ਅੰਕਲ ਸੱਦੀ ਆਵੇ ਮੈਂ ਯਾਰ ਬੜਾ ਦੇਖਾਂ ਮੈਂ ਕਿਹਾ ਯਾਰ ਇਹ ਕਿੱਥੋਂ ਅੰਕਲ ਸੱਦੀ ਆ ਜਦੋਂ ਮੈਨੂੰ ਪਾਸਪੋਰਟ ਦਿਖਾ ਲਿਆ ਉਹ 65 'ਚ ਪੈਦਾ ਹੋਈ 65 'ਚ ਮੈਂ 75 'ਚ ਪੈਦਾ ਹੋਇਆ ਸੋ ਆਹ ਤੁਸੀਂ ਦੇਖੋ ਮੈਂ ਕਿਹਾ ਤੂੰ ਮੈਨੂੰ ਅੰਕਲ ਸੱਦੀ ਜਾਂਦੀ ਆ ਕਿ ਆਹ ਤਾਂ ਹੁਣ ਨਵੀਂ ਸਕੀਮ ਆ ਕਿ ਮੈਂ ਵੀ ਫਿਰ ਟੀਚਰ 'ਚ ਕਹਿ ਦਿੱਤਾ ਮੈਂ ਕੋਈ ਗੱਲ ਨਹੀਂ ਬੇਟੀ ਕੋਈ ਗੱਲ ਨਹੀਂ ਅਤੇ ਹੋ ਜੂਗਾ ਤੇਰਾ ਕੰਮ ਬੇਟੀ ਐਸਾ ਨਹੀਂ ਕਹਿੰਦੇ ਹਾਂ ਤਾਂ ਉਹ ਦੇਖੋ ਕਦੇ ਕਦੇ ਨਾ ਕੀ ਕਰੀਏ ਸਾਡੀ ਭੈਣਾਂ ਨੂੰ ਵੀ ਖੁਸ਼ ਰੱਖਣਾ ਬਹੁਤ ਔਖਾ ਆ ਸੋ ਮੈਂ ਤੁਹਾਨੂੰ ਪਹਿਲਾਂ ਹੀ ਸਲਾਹ ਦੇ ਦਿੰਦਾ ਸਲਾਹ ਮੇਰੀ ਇਹ ਆ ਸਾਰਿਆਂ ਨੂੰ ਭੈਣ ਜੀ ਕਹੀ ਉਹ ਸਾਰੇ ਖੁਸ਼ ਹੋ ਜਾਂਦੇ ਆ ਭਾਵਾਂ ਓਲਡ ਹੋਵੇ ਯੰਗ ਹੋਵੇ ਕੋਈ ਫਰਕ ਨਹੀਂ
ਤਾਂ ਸਾਰਿਆਂ ਨੂੰ ਭੈਣ ਜੀ ਕਰੀਏ ਉਹਦਾ ਸਿੰਪਲ ਫਾਰਮੂਲਾ ਯੂ ਵਿਲ ਨੈਵਰ ਫੇਲ ਇਨ ਲਾਈਫ ਇਫ ਯੂ ਕਾਲ ਅ ਪੰਜਾਬਨ ਭੈਣ ਜੀ ਯੂ ਬੀ ਨਾਈਸ ਐਂਡ ਸਟ੍ਰੇਟ ਫੋਰਵਰਡ ਐਵਰੀਵਨ ਐਕਸੈਪਟ ਯੋਰ ਵਾਈਫ ਉਹਨੂੰ ਨਾ ਕਿਤੇ ਭੁਲੇਖੇ ਨਾਲ ਭੈਣ ਜੀ ਸੱਦ ਲਿਓ ਬਾਕੀਆਂ ਨੂੰ ਠੀਕ ਆ ਸਭ ਕੁਛ ਚੱਲਦਾ ਆ ਇਹਦੇ ਵਿੱਚ ਅਤੇ ਲੈਟਸ ਸੀ ਇਫ ਯੂ ਗਾਟ ਐਨੀ ਕਾਲਰਸ ਇਫ ਨਾਟ ਆਈ ਕੈਨ ਚਲੋ ਲਾਸਟ 10 ਮਿੰਟਸ ਹੋ ਗਏ ਤੁਸੀਂ ਸ਼ਾਇਦ ਨਹੀਂ ਦੇਖਿਆ ਹੋਊਗਾ ਪਰ ਮੈਂ ਤੁਹਾਨੂੰ ਦਿਖਾ ਦਿੰਦਾ ਤੁਹਾਡੇ ਬੱਚਿਆਂ ਨੇ ਜ਼ਰੂਰ ਦੇਖਿਆ ਹੋਣਾ BBC 1 ਐਤਕੀ ਪੈਨਾਰਾਮਾ 'ਤੇ ਸੋਮਵਾਰ 'ਤੇ ਮੇਰੇ ਸ਼ੋਅ ਤੋਂ ਬਾਅਦ ਉਹਨਾਂ ਨੇ ਬਹੁਤ ਵਧੀਆ ਡਾਕੂਮੈਂਟਰੀ ਦਿਖਾਈ ਸੀਗੀ ਡਾਕੂਮੈਂਟਰੀ ਇਲੀਗਲ ਇਮੀਗ੍ਰੈਂਟਸ ਦੀ ਅਨਫੋਰਚੁਨੇਟਲੀ ਉਹਦੇ 'ਚ ਇੱਦਾਂ ਸੀ ਕਿ ਸਾਡੇ ਪੰਜਾਬੀ ਬੰਦੇ ਆ ਉਹ ਨੰਬਰ ਲੈ ਗਏ ਉਹਦੇ ਵਿੱਚ ਸੋ ਉਹ ਨੰਬਰ ਲੈ ਗਏ ਉਹਦੇ 'ਚ ਕਾਫੀ ਉਹਨਾਂ ਨੇ ਚੀਜ਼ਾਂ ਦਿਖਾਲੀਆਂ ਉਹ ਮੈਂ ਤੁਹਾਨੂੰ ਕਲਿਪਸ 2 ਦਿਖਾਲਣਾ ਚਾਹੁੰਦਾ ਉਹਦੇ ਵਿੱਚੋਂ ਤੁਸੀਂ ਇਹ ਕਲਿਪਸ ਦੇਖੋ ਅਤੇ ਬਾਅਦ 'ਚ ਮੈਂ ਤੁਹਾਨੂੰ ਉਹਦੇ ਬਾਰੇ ਮੈਂ ਆਪਣੇ ਕਮੈਂਟਸ ਦੇਖ ਰਿਹਾ ਕਿ ਕੀ ਕਰਦੇ ਆ ਸੋ ਅੱਛਾ ਪਹਿਲਾਂ ਕਾਲਰ ਦੇਖ ਲਈਏ ਫਿਰ ਮੇਰਾ ਟਾਈਮ ਹੋ ਗਿਆ ਚਲੋ ਲੈਟਸ ਗੋ ਟੂ ਕੂਲ ਆ ਲਾਸਟ ਕੂਲ ਹੈਲੋ 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 ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਹੁੰਦਾ ਥੈਂਕ ਯੂ ਜੀ ਸਾਰਿਆਂ ਨੂੰ ਮਤਲਬ ਕਹਿੰਦਾ ਹਾਂਜੀ ਇਹ ਚੀਜ਼ਾਂ ਦੱਸਦੇ ਚਲੋ ਜੀ ਪਰ ਇੱਕ ਚੀਜ਼ ਮੈਂ ਹੋਰ ਮਤਲਬ ਕਿ ਜਿੱਦਾਂ ਤੁਸੀਂ ਸੋਮਵਾਰ ਦੇ ਪ੍ਰੋਗਰਾਮ ਦੇ ਅੰਦਰ ਲੈ ਕੇ ਆਏ ਹੁੰਦੇ ਨਾ ਹਾਂਜੀ ਹਾਂਜੀ ਉਹਨਾਂ ਦੇ ਵਿੱਚ ਵੀ ਇੱਕ ਲੈ ਕੇ ਆਈ ਉਹ ਮੇਰਾ 1977 ਦੇ ਅੰਦਰ ਮੈਂ ਨਾ ਇੰਡੀਆ ਤੋਂ ਹਾਂਜੀ ਲੜਕੀ ਇੱਥੇ ਮੰਗਾ ਕੇ ਵਿਆਹ ਕਰਾ ਲਿਆ ਹਾਂਜੀ ਹਾਂਜੀ ਮੈਂ ਇੰਨਾ ਭੋਲਾ ਹੁੰਦਾ ਕਿ ਮੈਨੂੰ ਨਹੀਂ ਪਤਾ ਸੀ ਹਾਂਜੀ ਇਹ ਮੇਰੀਆਂ ਜੜਾਂ ਵੱਢ ਕੇ ਨਾ ਹਾਂਜੀ ਸਾਰਾ ਪੈਸਾ ਹੀ ਇੰਡੀਆ 'ਚ ਗਿਆ ਸੀ ਉਹਨੇ ਸਭ ਕੁਛ ਉੱਥੇ ਮਤਲਬ ਕਿ ਬਣਾ ਦਿੱਤਾ ਤਾਂ ਮੈਨੂੰ ਇੱਥੇ ਮੈਂ 20 ਘੰਟੇ ਹਾਂਜੀ 40 ਘੰਟੇ ਕੰਮ ਕਰਦਾ ਰਿਹਾ ਰਾਤਾਂ ਦਿਨ ਇਹਨੂੰ ਇਹਨੂੰ ਹੁਣ ਇੱਥੋਂ ਕਿੱਦਾਂ ਕੱਢਿਆ ਜਾਵੇ ਤੁਹਾਡੀ ਮਾੜੀ ਕਿਸਮਤ ਸਮਝ ਲਓ ਤੁਸੀਂ ਕਿਸੇ ਨੂੰ ਕੱਢ ਨਹੀਂ ਸਕਦੇ ਜੀ ਇੱਥੋਂ ਇੱਕ ਵਾਰੀ ਪੱਕੇ ਹੋ ਜਾਣ ਤੁਸੀਂ ਏਦਾਂ ਕਰੋ ਜੇ ਤੁਸੀਂ ਜੇ ਤੁਹਾਡੇ ਕੋਲ ਨਾ ਕੋਈ ਇੱਦਾਂ ਦੀ ਕੋਈ ਹੈਗੀ ਆ ਗੱਲ ਤੁਸੀਂ TV 'ਤੇ ਆ ਕੇ ਗੱਲ ਕਰ ਲਿਓ ਭਾਵਾਂ ਮੈਂ ਤਾਂ ਤੁਹਾਨੂੰ ਸੱਦਾ ਤੁਸੀਂ ਆ ਕੇ ਇੱਥੇ ਆਪਣੀ ਪੂਰੀ ਕਹਾਣੀ ਦੱਸੋ ਤਾਂ ਕਿ ਲੋਕ ਜਾਗਰਿਤ ਹੋਣ ਇਸ ਚੀਜ਼ ਬਾਰੇ ਮੈਂ ਤੁਹਾਨੂੰ ਸੱਦਾ ਦਿੰਦਾ ਤੁਸੀਂ ਜਦੋਂ ਮਰਜ਼ੀ ਆਓ ਇੱਥੇ ਆ ਕੇ ਕਰੋ ਗੱਲ ਆਪਣੀ ਤਾਂ ਆਪਣੀ ਦੁਨੀਆਂ ਨੂੰ ਦੱਸੋ ਕਿ ਮੇਰੇ ਨਾਲ ਤਾਂ ਜੀ ਇੱਦਾਂ ਹੋਈ ਤਾਂ ਕਿ ਲੋਕਾਂ ਨੂੰ ਅਕਲ ਪਊਗੀ ਇਸ ਚੀਜ਼ ਬਾਰੇ ਹਾਂਜੀ 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 ਸਾਰੀਆਂ ਦੇਖੋ ਸਾਰੀਆਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਪਰ ਹਾਂ ਹੋ ਸਕਦਾ ਕਿ ਤੁਹਾਨੂੰ ਜੋ ਮਿਲੀ ਹੋਵੇ ਉਹ ਤੁਹਾਡੇ ਨਾਲ ਪੈਂਤਰਾ ਮਾਰ ਗਈ ਚਲੋ ਜੀ ਬੈਟਰ ਤਾਂ ਇਹੀ ਹੈ ਕਿਉਂਕਿ ਤੁਹਾਡਾ ਟਾਈਮ ਜਲਦਾ ਲੱਗਦਾ ਅਤੇ ਤੁਸੀਂ ਮੰਡੇ ਫੋਨ ਕਰ ਲਿਓ ਜਾਂ ਤੁਸੀਂ ਕਿਤੇ ਸ਼ੋਅ 'ਤੇ ਖੁਦ ਆਓ ਤਾਂ ਤੁਸੀਂ ਆ ਕੇ ਗੱਲ ਕਰੋ ਸੋ ਇਹਦੇ ਵਿੱਚ ਬੈਟਰ ਇਹੀ ਆ ਦੇਖੋ ਤੁਸੀਂ ਦੇਖੋ ਜੀ ਤੁਸੀਂ ਮੈਨੂੰ ਕੱਲ੍ਹ ਨੂੰ ਫੋਨ ਕਰ ਲਿਓ ਦਫ਼ਤਰ ਮੈਂ ਤੁਹਾਨੂੰ ਕੋਈ ਵੀ ਮੰਡੇ ਡੇ ਟਾਈਮ ਦਊਗਾ ਤੁਸੀਂ TV 'ਤੇ ਆ ਕੇ ਆਪਣੀ ਸ਼ਕਲ ਦਿਖਾਲੋ ਨਾਲੇ ਲੋਕਾਂ ਨੂੰ ਦੱਸੋ ਕਿ ਮੇਰੇ ਨਾਲ ਤਾਂ ਆ ਹੋਇਆ ਜੀ ਠੀਕ ਹੈ ਜੀ ਓਕੇ ਨੋ ਪ੍ਰੋਬਲਮ ਤੁਸੀਂ ਕੱਲ੍ਹ ਨੂੰ ਦਫ਼ਤਰ ਫੋਨ ਕਰ ਲਿਓ ਨੋ ਪ੍ਰੋਬਲਮ ਤੁਹਾਨੂੰ ਮੈਂ ਖੁੱਲ੍ਹਾ ਸੱਦਾ ਦਿੰਦਾ ਓਕੇ ਜੀ ਥੈਂਕ ਯੂ ਵੈਰੀ ਮੱਚ ਚਲੋ ਜੀ ਜਰਮੀ ਕਾਲ ਯੂ ਹਾਰਟ ਆਊਟ ਮੇਟ ਹਰਜਪ ਭੰਗਲ ਇਜ਼ ਕਮਿੰਗ ਵਿਦ ਦ ਦੇਸੀ ਵਰਜ਼ਨ ਆਫ ਦ ਜਰਮੀ ਕਾਲ ਸ਼ੋਅ ਵੇਅਰ ਪੀਪਲ ਕੈਨ ਕਮ ਆਫ And that's it. Go for it. Go for it. We're going to have our own bouncers and everything. We're going to have aunties battling it out. Bit of rendia mundia, hair pulling, a bit of all of that. Let's have it all done. This is the start of something special. Chalo ji, hun main tuhanu clip dikhalna. Te tusi clip dekho ke mande saadi kinni Punjabiyan di izzat bani. Oh, tusi dekho. I'm still on air. South Hall, Birmingham, Leicester, 0208-571-6889. In East London, this woman, out on a shopping trip, is an Indian national who's become a madam, running a prostitution racket. Her name's Amarjit Kaur, known as Pabby. Her girl... ਮੈਂ ਖੁਦ ਆਪਣੇ ਵੱਲੋਂ ਸਪੌਂਸਰ ਹੋ ਕੇ ਕੁੜੀਆਂ ਮੰਗਵਾਉਣੀਆਂ 6 ਮੰਥ ਲਈ ਅੱਛਾ 6 ਮੰਥ ਲਈ ਉਹਨਾਂ ਦਾ ਕੰਮ ਕਰਾਂ ਇੰਡੀਆ ਪਾਕਿਸਤਾਨ ਇੰਡੀਆ ਦੇ ਪਾਕਿਸਤਾਨ ਤੁਸੀਂ ਇੱਕ ਲੱਖ ਮੈਂ ਤੁਹਾਨੂੰ ਇੱਕ ਪਰਸਨ ਲਾਉਂਦੀ ਹਾਂ 20 ਮਿੰਟ ਵਾਸਤੇ ਵਨ ਟਾਈਮ ਉਹ ਸੈਕਸ ਕਰਦਾ ਤੁਹਾਡੇ ਨਾਲ ਅੱਛਾ ਤੁਸੀਂ ਕੀ ਚਾਰਜ ਲਓਗੇ ਪਤਾ ਨਹੀਂ ਤੁਸੀਂ ਆਈ ਮੀਨ ਤੇਰਾ ਰੇਟ ਕੀ ਜੇ 1 ਹਾਵਰ ਹੈ ਤੇ 120 60 ਤੇਰੇ 60 ਮੇਰੇ ਅੱਛਾ ਜੇ ਆਲ ਨਾਈਟ ਹੈ ਤਾਂ 250 ਉਹਦੇ ਵਿੱਚ 150 1300 ਪਾਉਂਦਾ You exploit young, vulnerable Sorry? illegals in this country. You exploit them to be prostitutes. You run a prostitution racket.
ਮੇਰੇ ਕੋਲ ਤਾਂ ਆਪਣੇ ਘਰ ਰਹਿਣ ਨੂੰ ਘਰ ਨਹੀਂ ਕੁੜੀਆਂ ਕਿੱਥੋਂ ਆ ਗਈਆਂ But this young woman here, you were just offering her work as a prostitute. ਇਹਨੂੰ ਤੁਸੀਂ ਕੰਮ ਦਵਾਉਣੀ ਸੀ ਕਿ ਪ੍ਰੋਸਟੀਟਿਊਸ਼ਨ ਇਹਨੇ ਮੈਨੂੰ ਮੈਂ ਦੇਖੋ ਮੈਂ ਤਾਂ ਆਪ ਕਲੀਨਿਕ ਦਾ ਕੰਮ ਕਰਨੀ ਆ ਮੈਂ ਤਾਂ ਆਪ ਸਲਾਈ ਦਾ ਕੰਮ ਕਰਨੀ ਆ ਓਕੇ ਸਲਾਈ ਦਾ ਕੰਮ ਜੇ ਕਰਦੀ ਹੈ ਤਾਂ ਮੇਰੇ ਨਾਲ ਕਰੇ ਆ ਕੇ ਮੈਂ ਵੀ ਕਰਨੀ ਆ ਮੈਂ ਵੀ ਹਾਂਜੀ ਇਹ ਸੀਗੀ ਜੀ ਸਾਡੇ ਪੰਜਾਬੀਆਂ ਦੀ ਸ਼ਾਨ ਅਮਰਜੀਤ ਕੌਰ ਉਰਫ ਭਾਬੀ ਇਹਦਾ ਨਾਂ ਹੈ ਇਲਫੋਰਡ ਲੇਨ 'ਚ ਜੀ BBC ਵਾਲਿਆਂ ਨੇ ਇਹਦੇ ਉੱਤੇ ਓਪਰੇਸ਼ਨ ਕੀਤਾ ਅੰਡਰ ਕਵਰ ਤਾਂ ਜੀ ਪਤਾ ਲੱਗਾ ਕਿ ਜੀ ਇਹ ਜੀ ਕਰਦੀ ਆ ਦਲਾਲੀ ਆਪਣੀ ਕੁੜੀਆਂ ਦੀ ਜੋ ਕਿ ਵੀਜ਼ਿਆਂ 'ਤੇ ਆਏ ਆ ਅਤੇ ਉਹਨਾਂ ਨੂੰ ਵੇਚਦੀ ਹੈਗੀ ਉਹਨਾਂ ਦਾ ਜਿਸਮ ਵੇਚਦੀ ਹੈਗੀ ਆਹ ਦੇਖ ਲਓ ਅਤੇ ਇਹਦੇ ਵਿੱਚ ਜੀ ਜਦੋਂ ਫਿਰ ਦੇਖੋ ਝੱਟ ਮੁੱਕਰ ਗਈ ਕਿ ਜੀ ਮੈਂ ਤਾਂ ਸਿਲਾਈ ਦਾ ਕੰਮ ਕਰਦੀ ਹਾਂ ਅਤੇ ਹਾਂਜੀ ਮੇਰਾ ਖਿਆਲ ਸਲਵਾਰਾਂ ਸੀਂਦੀ ਨਹੀਂ ਤੂੰ ਕੁਛ ਹੋਰ ਹੀ ਕਰਦੀ ਉਹਨਾਂ ਨਾਲ ਅਤੇ ਆਹ ਦੇਖੋ ਜੀ ਇੱਦਾਂ ਦੇ ਬੰਦਿਆਂ ਤੋਂ ਬਚੋ ਪੰਜਾਬੀਆਂ ਦੀ ਸ਼ਾਨ ਤੁਸੀਂ ਬਹੁਤ ਬਣਾਤੀ ਆ BBC ਨੇ ਪੂਰਾ ਪ੍ਰੋਗਰਾਮ ਦਿਖਾ ਲਿਆ ਜੀ ਕਿ ਕੁੜੀਆਂ ਇੱਥੇ ਸਟੂਡੈਂਟ ਵੀਜ਼ੇ 'ਤੇ ਆ ਰਹੀਆਂ ਅਤੇ ਉਹ ਇਹ ਆਪਣੇ ਆਪ ਨੂੰ ਇਸ ਚੀਜ਼ 'ਚ ਕੰਮ 'ਚ ਗੰਦੇ ਕੰਮਾਂ 'ਚ ਜੋ ਅਸੀਂ ਕਹਿ ਸਕਦੇ ਦੂਜਾ ਕੰਮ ਜਿਹਨੂੰ ਵੀ ਸਾਡੇ ਉਹਨੇ ਪੈਸਿਆਂ ਲਈ ਕਰ ਰਹੀਆਂ ਨਾ ਪੜ੍ਹਦੀਆਂ ਜੀ ਨਾ ਕੋਈ ਇਹਨਾਂ ਦਾ ਇਰਾਦਾ ਪੜ੍ਹਨ ਦਾ ਅਤੇ ਇਹ ਕਰਦੇ ਅਤੇ ਇਹਨਾਂ ਦੀ ਦਲਾਲੀ ਵੀ ਆਪਣੇ ਬੰਦੇ ਇਸ ਕੈਰੇਕਟਰ ਦੇ ਟਾਈਪ ਦੇ ਜੋ ਇਹ ਕਰਦੇ ਕਰਦੇ ਇਹਦਾ ਨਾਂ ਭਾਬੀ ਪਾਇਆ ਅਮਰਜੀਤ ਭਾਬੀ ਫੇਸਬੁੱਕ 'ਤੇ ਵੀ ਅਸੀਂ ਅੱਜ ਇਹਦੀਆਂ ਗੱਲਾਂ ਕਰਦੇ ਸੀਗੇ ਅਤੇ ਮੰਡੇ ਵੀ ਇਹਦੀਆਂ ਗੱਲਾਂ ਟਵਿੱਟਰ 'ਤੇ ਵੀ ਇਹਦੀਆਂ ਹੀ ਗੱਲਾਂ ਹੋ ਰਹੀਆਂ ਅਮਰਜੀਤ ਭਾਬੀ ਦੀ ਅਤੇ ਇਹ ਮੈਡਮ ਬਣੀ ਹੋ ਜੀ ਇਹਦੇ ਵਿੱਚ ਕੋਈ ਕਹਿੰਦੇ ਭਾਅ ਜੀ ਇਹਦਾ ਨਾਂ ਹੈ ਅਮਰਜੀਤ ਨਹੀਂ ਇਹਦਾ ਨਾਂ ਸੁਰਿੰਦਰ ਜਾਂ ਕੁਛ ਹੋਰ ਹੀ ਆ ਜੋ ਵੀ ਇਹਦਾ ਨਾਂ ਆ ਇਹ ਤੁਹਾਨੂੰ ਹੁਣ ਪਤਾ ਲੱਗ ਗਿਆ ਜੀ ਕਿ ਕਿਹੜੇ ਕੰਮ 'ਚ ਮਸ਼ਹੂਰ ਆ ਹੁਣ ਅਤੇ BBC ਵਾਲੇ ਨੇ ਰੰਗੇ ਹੱਥ ਨਹੀਂ ਪੱਕੇ ਰਹੀ ਆ ਤੁਸੀਂ ਵੀਡੀਓ ਵੀ ਦੇਖੀ ਆ ਜਿੱਥੇ ਕਹਿੰਦੀ ਆ ਜੀ ਘੰਟੇ ਦਾ 120 ਪਾਉਂਡ 60 ਤੇਰੇ 60 ਮੇਰੇ ਅਤੇ ਰਾਤ ਦਾ 250 ਪਾਉਂਡ 150 ਤੇਰੇ 100 ਮੇਰਾ ਮੈਂ ਤੁਹਾਨੂੰ ਗੱਲ ਇਹ ਦੱਸ ਰਿਹਾ ਕਿ ਇਹ ਕੰਮ ਜੋ ਹੋ ਰਿਹਾ ਨਾ ਤੁਹਾਨੂੰ ਚੇਤਾ ਹੋਊਗਾ 2009 'ਚ ਮੈਂ ਤਾਂ ਮਨਪ੍ਰੀਤ ਸਿੰਘ ਬੰਨੀ ਕਲਾਂ ਜੀਤ ਦੇ ਜੋ ਹੈਗੇ ਪੰਜਾਬ ਟਾਈਮਸ ਤੋਂ ਇੱਥੇ ਹੀ ਬੈਠੇ ਸੀਗੇ ਅਸੀਂ ਸਟੂਡੀਓ 'ਚ ਤੁਹਾਨੂੰ ਇਹ ਚੀਜ਼ ਬਾਰੇ ਅਸੀਂ ਵਾਰਨਿੰਗ ਦਿੱਤੀ ਸੀ ਕਿ ਕੁੜੀਆਂ ਆ ਕੇ ਇਹ ਕੰਮ ਕਰ ਰਹੀਆਂ ਇਹਨਾਂ ਨੂੰ ਸਾਂਭਲੋ ਬਚਾਓ ਇਹ ਕੰਮਾਂ ਨੂੰ ਆਪਣੇ ਕਮਿਊਨਿਟੀ ਲੀਡਰਾਂ ਨੂੰ ਕਿਹਾ ਸੀ ਉਸ ਵੇਲੇ ਸਾਨੂੰ ਲੋਕਾਂ ਨੇ ਪਤਾ ਕੀ ਕਿਹਾ ਜੇ ਆਉਣੀਆਂ ਫਿਰ ਕੀ ਹੋ ਗਿਆ ਫਿਰ ਕੀ ਹੋ ਗਿਆ ਇਹਨਾਂ ਦੇ ਪੈਸੇ ਬਣਦੇ ਆ ਫਿਰ ਕੀ ਹੋ ਗਿਆ ਭਾਅ ਜੀ ਇਹ ਤੁਸੀਂ ਓਵਰ ਕਰ ਰਹੇ ਹਾਂ ਕੋਈ ਇੱਦਾਂ ਦਾ ਕੰਮ ਤਾਂ ਹੋਇਆ ਨਹੀਂ ਬਰਮਿੰਘਮ ਵਾਲਿਆਂ ਨੇ ਬੜਾ ਰੌਲਾ ਪਾਈ ਸਾਡੇ ਵੱਲ ਤਾਂ ਐਂ ਕੁਛ ਨਹੀਂ ਹੋਇਆ ਜੀ ਹਰਜਾਬ ਤਾਂ ਐਵੇਂ ਹੀ ਕਰਦਾ ਇਹਦੇ ਵਿੱਚ ਕੀ ਗੱਲ ਆਹ ਲੈ ਲਓ ਹੁਣ ਇਕੱਠਾ ਪਟਾਕਾ ਪੈ ਗਿਆ ਤੁਹਾਡੀ ਇੱਜ਼ਤ ਹੁਣ ਮਿੱਟੀ 'ਚ ਰੁਲਦੀ ਤੁਹਾਡੇ ਤੁਸੀਂ ਅਸੀਂ ਆਪਣੀ ਕੁੜੀਆਂ ਨੂੰ ਵੀ ਨਹੀਂ ਸਾਂਭ ਸਕਦੇ ਫਿਰ ਇੱਕ ਕੁੜੀ ਦਾ ਇਹਨਾਂ ਨੇ ਬਿਆਨ ਲਿਆ ਤੁਸੀਂ BBC ਆਈ ਪਲੇਅਰ 'ਤੇ ਜਾਓ ਐਂਡ ਆਮ ਟੈਲਿੰਗ ਲਿਸਨ ਆਲ ਦ ਕਿਡਸ ਆਊਟ ਦੇਅਰ ਵਾਚਿੰਗ ਦਿਸ ਪ੍ਰੋਗਰਾਮ ਗੈਟ ਯੋਰ ਮਮ ਐਂਡ ਡੈਡ ਟੂ ਗੋ ਔਨ ਟੂ BBC ਆਈ ਪਲੇਅਰ ਸ਼ੋ ਹਿਮ ਦਿਸ ਪ੍ਰੋਗਰਾਮ ਔਨ ਪੈਨੋਰਾਮਾ ਐਂਡ ਸ਼ੋ ਹਿਮ ਵਾਟ ਦ ਟਰੂਥ ਇਜ਼ ਐਂਡ ਉਹਦੇ ਵਿੱਚ ਇਹ ਦੇਖਣ ਕਿ ਉਹਦੇ 'ਚ ਕੁੜੀ ਨੇ ਕਿਹਾ ਕਿ ਮੇਰੇ ਸਾਰੇ ਗਾਹਕ ਜੀ ਫੌਜੀ ਆ ਇਲਫੋਰਡ ਲੇਨ 'ਤੇ ਮੈਂ ਫੌਜੀਆਂ ਨੂੰ ਇਹ ਕਹਿੰਦਾ ਕਿ ਦੇਖੋ ਜੀ ਤੁਸੀਂ ਆਪਣੀ ਕੁੜੀਆਂ ਦਾ ਫਾਇਦਾ ਉਠਾ ਰਹੇ ਹਾਂ ਉਹਨਾਂ ਨੂੰ ਤੁਸੀਂ ਸੈਕਸ ਲਈ ਇਸਤੇਮਾਲ ਕਰ ਰਹੇ ਹਾਂ ਪੈਸੇ ਦੇ ਕੇ ਤੁਹਾਡੇ ਘਰਾਂ 'ਚ ਇਹ ਕੰਮ ਹੋ ਰਿਹਾ ਤੁਸੀਂ ਅੰਨੇ ਹੋ ਰਹੇ ਹਾਂ ਇਸ ਚੀਜ਼ ਨੂੰ ਜਾਣ ਬੁੱਝ ਕੇ ਕਿਸ ਅਸੀਂ ਕੀ ਲੈਣਾ ਇਸ ਕੰਮ ਤੋਂ ਇਹਦੇ ਲਈ ਜੋ ਕੰਮ ਕਰਦੇ ਉਹ ਵੀ ਕੱਚੇ ਹੀ ਆ ਇਹਨਾਂ ਦੇ ਗਾਹਕ ਵੀ ਕੱਚੇ ਹੀ ਆ ਤੁਸੀਂ ਇਹ ਕੁੜੀਆਂ ਨੂੰ ਇਹਨਾਂ ਦਾ ਫਾਇਦਾ ਨਾ ਉਠਾਓ ਇਹ ਨੰਬਰ ਨਾ ਕੱਢੋ ਹੁਣ ਸਾਡਾ ਇੰਗਲੈਂਡ ਦਾ ਸਾਡੇ ਜੋ ਬਜ਼ੁਰਗ ਆਏ ਇੱਥੇ ਪਹਿਲਾਂ ਆਏ ਉਹਨਾਂ ਨੇ ਬਹੁਤ ਮਿਹਨਤ ਨਾਲ ਕੰਮ ਕੀਤਾ ਸਾਡੀ ਮਾਤਾਵਾਂ ਨੇ ਸਾਡੀਆਂ ਭੈਣਾਂ ਨੇ ਆਂਟੀਆਂ ਨੇ ਮਿਹਨਤਾਂ ਕਰ ਕਰਕੇ ਫੈਕਟਰੀਆਂ 'ਚ ਇੱਜ਼ਤ ਬਣਾਏ ਆਪਣੇ ਘਰ ਬਣਾਏ ਆਹ ਕੰਮ ਨਹੀਂ ਕੀਤਾ ਜਿਸਮ ਨਹੀਂ ਵੇਚਿਆ ਉਹਨਾਂ ਨੇ ਨੁਮਾਇਸ਼ ਨਹੀਂ ਕੀਤੀ ਜੋ ਤੁਸੀਂ ਹੁਣ ਇਹ ਕਰ ਰਹੇ ਹਾਂ ਅਤੇ ਇਹਦੇ ਵਿੱਚ ਇਹ ਮੈਂ ਇਹੀ ਕਹੂੰਗਾ ਕਿ ਸਾਡੀ ਕਮਿਊਨਿਟੀ ਲੀਡਰਾਂ ਨੂੰ ਮੈਂ ਇਹ ਕਹੂੰਗਾ ਕਿ ਆਪਸ ਵਿੱਚ ਤੁਸੀਂ ਜੋ ਲੜਦੇ ਆ ਨਾ ਗੁਰਦੁਆਰੇ ਦੇ ਪੈਸੇ ਵੇਸਟ ਕਰਦੇ ਆ ਉਹ ਤੁਸੀਂ ਨਾ ਕਰੋ ਇੱਕ ਦੂਜੇ ਦੇ ਆਪਣੀ ਲੀਡਰੀ ਆਪਣੀ ਫੋਟੋ ਦੇਸ ਪ੍ਰਦੇਸ਼ ਜੀ ਸਾਡੀ ਫੋਟੋ ਲੱਗ ਜਾਓ ਬਾਕੀ ਠੀਕ ਆ ਦੰਦੀਆਂ ਕੱਢ ਕੇ ਉਹ ਕੰਮ ਨਾ ਕਰੋ ਇਹ ਜੋ ਲੜਕੀਆਂ ਆਈਆਂ ਆ ਇਹਨਾਂ ਨੂੰ ਕੰਮ ਦਵਾਓ ਜਿਹੜੀ ਤੁਸੀਂ ਆਂਟੀਆਂ ਕਹਿੰਦੀਆਂ ਰਹਿੰਦੇ ਮੈਂ ਆਪਣੀ ਭਤੀਜੀ ਬਣਾਉਣੀ ਆ ਮੇਰੇ ਹੁਣ ਗੋਡੇ ਨਹੀਂ ਚੱਲਦੇ ਤੁਸੀਂ ਇਹਨੂੰ ਇੱਕ ਲੜਕੀ ਨੂੰ ਇੱਦਾਂ ਦੀ ਨੂੰ ਕੰਮ ਦੇ ਇੱਦਾਂ ਦੀ ਨਹੀਂ ਇਹਨੂੰ ਇਹਨੂੰ ਤਾਂ ਤੁਹਾਨੂੰ ਇਹਦਾ ਕੰਮ ਇੱਕੋ ਹੀ ਆ ਅਤੇ ਇਹ ਤਾਂ ਚਲੋ ਇਹਨੂੰ ਪੰਜਾਬ 'ਚ ਅਸੀਂ ਦਿੱਲੀ ਸੱਦੇ ਹੁੰਦੇ ਹਾਂ ਪੰਜਾਬੀ ਲੈਂਗੁਏਜ ਵਿੱਚ ਫਿਰ ਤੁਸੀਂ ਕਹਿੰਦੇ ਭਾਅ ਜੀ ਗੱਲ ਕਰਦਾ ਤੁਹਾਡੀ ਕਮਜ਼ੋਰੀ ਕਰਕੇ ਨਾ ਕਮਿਊਨਿਟੀ ਕਰਕੇ ਤੁਸੀਂ ਆਪਣੀ ਕੁੜੀਆਂ ਨੂੰ ਸਾਂਭ ਨਹੀਂ ਸਕਦੇ ਜੋ ਇੱਥੇ ਆਈਆਂ ਆ ਇੱਦਾਂ ਦੇ ਜੋ ਹੈਗੇ ਆ ਲੋਕ ਫਾਇਦਾ ਉਠਾਉਂਦੇ ਪੈਸਾ ਬਣਾਉਂਦੇ ਇਹਦੇ 'ਚੋਂ ਤੁਹਾਡਾ ਮਿੱਟੀ ਬਹੁਤ ਪੱਟ ਹੋਈ ਸਾਡੇ ਇਸ ਹਫ਼ਤੇ ਬਹੁਤ ਮਿੱਟੀ ਪੱਟ ਹੋਈ ਇਹ ਤੁਸੀਂ ਸਾਂਭ ਲਓ ਇਹ ਇਹਨਾਂ ਨੂੰ ਆਪਣੇ ਹੈਗੇ ਆ ਨਹੀਂ ਤਾਂ ਇੱਦਾਂ ਦੇ ਹੱਲੇ ਤਾਂ ਕੁਛ ਵੀ ਨਹੀਂ ਦਿਖਾ ਲਿਆ BBC ਨੇ ਜੇ ਕਿਤੇ ਸਾਊਥ ਹਾਲ ਨਹੀਂ ਆਏ ਹੱਲੇ ਕਿਤੇ ਆਪ 2 ਮਹੀਨੇ ਪਹਿਲਾਂ ਹੈਮੰਡ ਰੋਡ 'ਤੇ ਘਰ ਉਹਨਾਂ ਨੇ 15 ਕੁੜੀਆਂ ਕੱਢੀਆਂ UKB ਵਾਲਿਆਂ ਨੇ ਆ ਕੇ ਅਤੇ ਉੱਥੇ ਜੀ ਪਤਾ ਲੋਕਾਂ ਨੂੰ ਕਿ ਜੋ ਹੋ ਰਿਹਾ ਹੋ ਰਿਹਾ ਬਰਮਿੰਘਮ ਵਿੱਚ ਵੀ ਆਹ ਕੰਮ ਹੋ ਰਿਹਾ ਇਹ ਕੰਮ ਅੱਛਾ ਨਹੀਂ ਜੋ ਹੋ ਰਿਹਾ ਇਹ ਜਦੋਂ ਹਰਜਾਬ ਤੁਹਾਨੂੰ ਕਹਿੰਦਾ ਉਹ ਤੁਹਾਨੂੰ ਮਾੜਾ ਲੱਗਦਾ ਹੁਣ BBC ਵਾਲਿਆਂ ਨੇ ਕਹਿਤਾ ਹੁਣ ਫਿਰ ਲਿਖੋ BBC ਦੇ ਦਫ਼ਤਰ ਸਾਹਮਣੇ ਹੁਣ ਤੁਸੀਂ ਮੁਜ਼ਾਹਰਾ ਕਰੋ ਉਹਨਾਂ ਨੇ ਸੱਚ ਦਿਖਾਲਤਾ ਨਾ ਤੁਹਾਨੂੰ ਜੋ ਹੋ ਰਿਹਾ ਫਾਇਦਾ ਵੀ ਆਪਣੇ ਹੀ ਬੰਦੇ ਉਠਾ ਰਹੇ ਆ ਇਸ ਚੀਜ਼ ਦਾ ਇਹ ਗਲਤ ਗੱਲ ਆ ਕਿਸੇ ਦੀ ਧੀ ਭੈਣ ਦੀ ਮਜ਼ਬੂਰੀ ਦਾ ਫਾਇਦਾ ਉਠਾਉਣਾ
ਬਾਕੀ ਜੋ ਕੁੜੀਆਂ ਆਹ ਕੰਮ ਕਰ ਰਹੀਆਂ ਮੈਂ ਉਹਨਾਂ ਨੂੰ ਇਹੀ ਕਹਿੰਦਾ ਇਹਦੇ ਨਾਲੋਂ ਤੁਹਾਨੂੰ ਪਿੰਡ ਮਾੜਾ ਸੀ ਕਿ ਆਹ ਕੰਮ ਕਰਨਾ ਤੁਹਾਨੂੰ ਠੀਕ ਆ ਅਤੇ ਪਿੰਡ ਮਾੜਾ ਤੁਹਾਡੇ ਮਾਂ ਪਿਓ ਪੁੱਛਦੇ ਨਹੀਂ ਕਿ ਤੁਸੀਂ £1,000 ਹਫ਼ਤੇ ਦਾ ਕਿੱਥੋਂ ਪਾਉਂਦੇ ਆ ਕਿੱਥੋਂ ਨਹੀਂ ਮੈਨੂੰ ਤਾਂ ਬੜੀ ਹੈਰਾਨੀ ਹੈ ਕਿ ਤੁਹਾਡੇ ਮਾਂ ਪਿਆਂ ਨੂੰ ਪਤਾ ਨਹੀਂ ਇਹ ਹੁਣ ਇੰਡੀਆ ਜਾਣਿਆ ਸਾਰਾ ਤਾਂ ਉਹਨਾਂ ਨੇ ਦੇਖਣਾ ਕਿ ਤੁਸੀਂ ਕੀ ਕੰਮ ਕਰ ਰਹੇ ਕਿ ਨਹੀਂ ਇਹਦੇ ਨਾ ਕਰੋ ਮੇਰੀ ਇਹ ਭੈਣਾਂ ਨਾ ਪੰਜਾਬ ਦਾ ਨਾਂ ਤੁਸੀਂ ਜੋ ਰੋਸ਼ਨ ਕਰਨਾ ਨਾ ਉਹ ਨਾ ਕਰੋ ਇੱਥੇ ਅਤੇ ਸਾਨੂੰ ਆਪਣੀ ਇੱਜ਼ਤ ਨਾਲ ਜੀ ਲੈਂਦੇ ਹੋ ਸਾਨੂੰ ਆਪਣੇ ਨਿਆਣੇ ਪਾਲ ਲੈਂਦੇ ਹੋ ਕਿਉਂ ਇਸ ਹਿਸਾਬ ਨਾਲ ਤਾਂ ਸਾਡੇ ਸਾਰਿਆਂ 'ਤੇ ਬੇਇੱਜ਼ਤੀ ਵਾਲੀ ਗੱਲ ਆ ਅਸੀਂ ਕਿੱਥੇ ਜਾਵਾਂਗੇ ਗੋਰਿਆਂ ਦੇ ਵਿੱਚ ਕੀ ਮੂੰਹ ਦਿਖਾਵਾਂਗੇ ਜੇ ਆਹ ਚੀਜ਼ ਹੋ ਰਹੀ ਹੈ ਜੇ ਤੁਸੀਂ ਆਪ ਹੀ ਸਾਰੇ ਇਨਵੋਲਵਡ ਆ ਜੋ ਕਰ ਰਹੇ ਉਹ ਵੀ ਪੰਜਾਬੀ ਜੋ ਕਰਾ ਰਹੇ ਉਹ ਵੀ ਪੰਜਾਬੀ ਜੋ ਦੇਖ ਰਹੇ ਉਹ ਵੀ ਪੰਜਾਬੀ ਜੋ ਵਰਤ ਰਹੇ ਉਹ ਵੀ ਪੰਜਾਬੀ ਤੁਸੀਂ ਬਾਕੀ ਕੌਮਾਂ ਨੂੰ ਕੀ ਕਹੋਗੇ ਕਿ ਤੁਸੀਂ ਸਾਡੀ ਕੁੜੀਆਂ ਖਰਾਬ ਕਰਨੀਆਂ ਤੁਸੀਂ ਤਾਂ ਆਪਣੀਆਂ ਖਰਾਬ ਕਰਦੇ ਹੋ ਸੋ ਮੈਂ ਹਜੇ ਵੀ ਕਹਿੰਦਾ ਹਾਂ ਕਿ ਇਹਦੇ ਨਾਲ ਕਿ ਪਟਾਕਾ ਇਕੱਠਾ ਪਵੇ ਵੈਸੇ ਤਾਂ ਪੈ ਹੀ ਗਿਆ ਕਿ ਇਹ ਕੁੜੀਆਂ ਨੂੰ ਲੱਭੋਗੇ ਜਿੱਥੇ ਆ ਇਹਨਾਂ ਨੂੰ ਕੰਮ ਕਰ ਦਿਓ ਤਾਂ ਕਿ ਇਹ ਕੰਮ ਇਹਨਾਂ ਨੂੰ ਨਾ ਕਰਨਾ ਪਵੇ ਇਹਨਾਂ ਨੂੰ ਉਠਾਓ ਇਹਨਾਂ ਨੂੰ ਸਹੀ ਮੱਤੇ ਪਾਓ ਇਹਨਾਂ ਦਾ ਫਾਇਦਾ ਨਾ ਉਠਾਓ ਤਾਂ ਫੌਜੀਆਂ ਨੂੰ ਮੈਂ ਇਹ ਕਹਿੰਦਾ ਕਿ ਮੇਰੇ ਵੀਰੋ ਆਹ ਕੰਮ ਨਾ ਕਰੋ ਜੇ ਤੁਹਾਨੂੰ ਲੋੜ ਆ ਤੁਸੀਂ ਵਿਆਹ ਕਰੋ ਆਪਣਾ ਕਿਸੇ ਨਾਲ ਤਾਂ ਉਹਦੇ ਨਾਲ 'ਚ ਆਪਣੀ ਹਵਸ ਜਿਹੜੀ ਆ ਉਹਦੇ 'ਚ ਮਟਾ ਲਓ ਇਹ 'ਚ ਕੁੜੀਆਂ ਦਾ ਇਸਤੇਮਾਲ ਨਾ ਕਰੋ ਤੁਹਾਨੂੰ ਸ਼ਰਮ ਹੋਣੀ ਚਾਹੀਦੀ ਉਸ ਵੇਲੇ ਜੋ ਤੁਸੀਂ ਕਿਸੇ ਪੰਜਾਬੀ ਦਾ ਇਸ ਤਰ੍ਹਾਂ ਇਸਤੇਮਾਲ ਕਰਦੇ ਹੋ ਪੈਸੇ ਦੇ ਕੇ ਕਿਸੇ ਦੀ ਧੀ ਆ ਕਿਸੇ ਦੀ ਭੈਣ ਆ ਤੁਹਾਡੀ ਭੈਣਾਂ ਨਾਲ ਇੱਦਾਂ ਕੋਈ ਕਰੇ ਗਲਤ ਆ ਜੇ ਉਹ ਕੁੜੀ ਨੇ ਨਾ ਕਿਹਾ ਹੁੰਦਾ ਨਾ ਕਿ ਮੇਰੇ ਗਾਹਕ ਸਾਰੇ ਫੌਜੀ ਆ ਮੈਂ ਇਹ ਗੱਲ ਕਹਿਣੀ ਨਹੀਂ ਸੀ ਪਰ ਹੁਣ ਟੀਵੀ 'ਤੇ ਸਾਰਾ ਆਪਣਾ ਸੱਚ ਦਾ ਹੈਗਾ ਦੱਸਤਾ ਤੁਸੀਂ ਖੁਦ ਦੇਖੋ ਤੁਸੀਂ ਕਹਿੰਦੇ ਹਰਜਾਬ ਭਾਅ ਜੀ ਝੂਠ ਬੋਲਦਾ BBC iPlayer 'ਤੇ ਅੱਜ ਜਾਓ ਪੈਨਰਾਮਾ ਦੇ ਥੱਲੇ ਦੇਖੋ ਕਿ ਮੰਡੇ ਕੀ ਉਹਨਾਂ ਨੇ ਦਿਖਾਇਆ ਕੀ ਨਹੀਂ ਤੁਸੀਂ ਆਪਣੇ ਅੱਖੀ ਦੇਖੋਗੇ ਅਤੇ ਬਾਕੀ ਇੱਦਾਂ ਦੇ ਕਰੈਕਟਰਾਂ ਤੋਂ ਬਚੋ ਇੱਦਾਂ ਦੇ ਕਰੈਕਟਰਾਂ ਦਾ ਅਸੀਂ ਸਾਰਾ ਕਿਤੇ ਦਿਖਾਵਾਂਗੇ ਇੱਥੇ ਵੀ UK 'ਚ ਵੀ ਇੰਡੀਆ 'ਚ ਵੀ ਤਾਂ ਕਿ ਇਹਨਾਂ ਦੀ ਅਸਲੀਅਤ ਨੰਗੇ ਹੋਣ ਹੈ ਇਹਨਾਂ ਨੂੰ ਕੱਪੜੇ ਨਹੀਂ ਮਿਲਣੇ ਚਾਹੀਦੇ ਆਪਣੇ ਢੱਕਣ ਲਈ ਇਹ ਪੂਰੇ ਇਹ ਕੌਮ ਦੇ ਸਾਡੇ 'ਤੇ ਕੀੜੇ ਆ ਇਹਨਾਂ ਨੂੰ ਕੱਢੋ ਆਪਣੀ ਕਮਿਊਨਿਟੀ 'ਚੋਂ ਇਹਨਾਂ ਨੂੰ ਬਦਨਾਮ ਕਰੋ ਇਹਨਾਂ ਨੂੰ ਪਛਾਣੋ ਇਹਨਾਂ ਦੇ ਮੂੰਹ 'ਤੇ ਗੱਲ ਸਿੱਟੋ ਕਿ ਤੁਸੀਂ ਤਾਂ ਆਏ ਜੀ ਤਾਂ ਕਿ ਅਗਲੇ ਆਪੇ ਹੀ ਸ਼ਰਮਿੰਦਾ ਹੋ ਗਏ ਮੁਲਕ ਛੱਡ ਜਾਣ ਇਹ ਸਾਡੇ ਮੁਲਕ ਦਾ ਗਲਤ ਫਾਇਦਾ ਉਠਾਉਂਦੇ ਸਾਡਾ ਨਾਂ ਬਦਨਾਮ ਕਰ ਰਹੇ ਆ ਚਲੋ ਮੈਂ ਤੁਹਾਨੂੰ ਮਿਲੂੰਗਾ ਮੰਡੇ ਜਦੋਂ ਹੋਊਗਾ ਸਾਡਾ ਗੱਲ ਗਰੂਮਿੰਗ ਬਾਰੇ ਨਿਮਰਤਾ ਬਾਈ ਆ ਮੇਰੀ ਗੈਸਟ ਆ ਸ਼ੀਜ਼ ਅ ਸੋਸ਼ਲ ਵਰਕਰ ਹੂ ਡੀਲਸ ਵਿਦ ਟੀਨੇਜ ਪੀਪਲ ਹੂ ਡੀਲਸ ਵਿਦ ਦ ਵਿਕਟਿਮਸ ਆਫ ਗਰੂਮਿੰਗ ਮੈਂ ਕੱਲ੍ਹ ਨੂੰ ਸਾਊਥ ਵਾਲਿਆਂ ਫਿਲਹਾਲ ਮੇਰੇ ਵੱਲੋਂ ਇਟਸ ਅ ਬਿਟ ਆਫ ਅ ਸੀਰੀਅਸ ਨੋਟ ਐਂਡ ਆਈ ਡੋਂਟ ਲਾਈਕ ਦ ਪ੍ਰੋਗਰਾਮ ਟੂ ਬੀ ਸੀਰੀਅਸ ਬਟ ਚਲੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ